ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਾਰਗ ਆਏ ਉਲੰਘ ਕੈ ਮੱਖਣ ਸਾਹ ਵਿਸਾਲ ਦੇਸ਼ ਬਖੈ ਸੁਨ ਬੋ ਕਰਿਓ ਜਿਸ ਪ੍ਰਕਾਰ ਗੁਰ ਚਾਲ ਮਾਰਗ ਆਏ ਉਲੰਘ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਜੋਤ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਤਾਂ ਅਨੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਤਸੰਗਤ ਕਰਨ ਦਾ ਸ਼ੁਭ ਅਵਸਰ ਆਪ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ ਆਓ ਇਸ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ ਚਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ ਸਤਿਗੁਰੂ ਹਰ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੇ ਸਤਿਗੁਰਾਂ ਦੇ ਕਹੇ ਹੋਏ ਬਚਨਾਂ ਅਨੁਸਾਰ ਸਿੱਖ ਸੰਗਤਾਂ ਨੇ ਨਵੇਂ ਸਰੂਪ ਵਿੱਚ ਗੁਰੂ ਗਰੀਬ ਨਿਵਾਜ ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬਕਾਲਾ ਨਗਰ ਵੱਲ ਨੂੰ ਵਹੀਰਾਂ ਕਤਿਆਂ ਉਥੇ ਜਾਣ ਤੇ ਸੰਗਤਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਗੁਰੂ ਕਿਹੜਾ ਹੈ ਕਿਉਂਕਿ ਜਿਹੜੇ ਗੁਰਤਾ ਗੱਦੀ ਦੇ ਚਾਹਵਾਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਗੱਦੀ ਦੀ ਵਟਿਆਈ ਨੂੰ ਦੁਨਿਆਵੀ ਵਟਿਆਈ ਤੁਲ ਸਮਝਣ ਵਾਲੇ ਆਪਣੀ ਪੂਜਾ ਕਰਾਉਣ ਦੇ ਇਛੁਕ ਅੰਦਰੋ ਦੁਨੀਆਂ ਨੂੰ ਆਪਣੇ ਪਿੱਛੇ ਲਗਾਉਣ ਵਾਸਤੇ ਕੋਸ਼ਿਸ਼ਾਂ ਦੇ ਵਿੱਚ ਤਤ ਪਰ ਉਹ ਜਿਹੜੇ ਕੱਚੇ ਗੁਰੂ ਨੇ ਸੋਡੀਆਂ ਵਿੱਚੋਂ ਇਕੱਠੇ ਹੋ ਕੇ ਵੱਖਰੇ ਵੱਖਰੇ ਆਪੋ ਆਪਣੇ ਉਹਨਾਂ ਨੇ ਟਿਕਾਣੇ ਬਣਾ ਲਏ ਮੰਝੀਆਂ ਗੱਧੀਆਂ ਲਗਾ ਕੇ ਬੈਠ ਗਏ 22 ਮੰਝੀਆਂ ਵਾਲੇ ਗੁਰੂ ਬਣ ਬੈਠੇ ਜਿੰਨਾਂ ਨੂੰ ਆਪਣੇ ਆਪ ਦਾ ਕੁਝ ਪਤਾ ਨਹੀਂ ਕਿਸੇ ਦੀ ਸਹਾਇਤਾ ਤਾਂ ਕੀ ਕਰਨੀ ਆਪ ਦੀ ਕੋਈ ਸੋਝੀ ਨਹੀਂ ਆਏ ਕਿ ਕਿੱਥੋਂ ਆਇਆ ਹਾਂ ਔਰ ਕਿੱਥੇ ਜਾਣਾ ਹੈ ਤੇ ਪਰਲੋਕ ਵਿੱਚ ਮੇਰੀ ਕਿਸ ਤਰ੍ਹਾਂ ਦੀ ਹਾਲਤ ਹੋਵੇਗੀ ਉਹਨਾਂ ਨੇ ਪਲਾ ਕਿਸੇ ਸਿੱਖ ਸੇਵਕ ਦੀ ਸਹਾਇਤਾ ਤਾਂ ਕੀ ਕਰਨੀ ਕਿਸੇ ਔਕੜ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਖਣ ਸ਼ਾ ਲੁਬਾੜੇ ਨੇ ਵਪਾਰ ਕਰਦਿਆਂ ਹੋਇਆਂ ਸਮੁੰਦਰ ਦੇ ਵਿੱਚ ਜਿਸ ਵੇਲੇ ਜਹਾਜ਼ ਖੁੱਬ ਗਿਆ ਬਹੁਤ ਜ਼ਿਆਦਾ ਬਰੇਤੀ ਵਾਲਾ ਜੋ ਸਥਾਨ ਟਾਪੂ ਆਦਕ ਜਿਹਾ ਸੀ ਪਹਿਲਾਂ ਤਾਂ ਆਪਣੀਆਂ ਕੋਸ਼ਿਸ਼ਾਂ ਬਹੁਤ ਕਰ ਕਰਵਾ ਕੇ ਹਲੇ ਵਸੀਲੇ ਕਈ ਤਰ੍ਹਾਂ ਦੇ ਕਰਕੇ ਵੇਖ ਲਿਆ ਪਰ ਜਹਾਜ਼ ਉੱਥੋਂ ਨਿਕਲਿਆ ਨਾ ਹਾਰ ਕੇ ਗੁਰੂ ਮਹਾਰਾਜ ਸਾਹਿਬ ਜੀ ਦਾ ਧਿਆਨ ਕਰਕੇ ਅਰਦਾਸ ਬੇਨਤੀ ਕੀਤੀ ਤਾਂ ਛੇਤੀ ਹੀ ਥੋੜੇ ਜਿਹੇ ਸਮੇਂ ਦੇ ਵਿੱਚ ਆਪਣੇ ਆਦਮੀਆਂ ਦੁਆਰਾ ਮੱਖਣਸ਼ਾ ਵੱਲੋਂ ਯਤਨ ਕਰਾਉਣ ਤੇ ਜਹਾਜ਼ ਉਥੋਂ ਨਿਕਲਿਆ ਜਿਸ ਕਰਕੇ ਸੁਖਾਲਾ ਹੀ ਜਹਾਜ਼ ਨੂੰ ਤਾਰ ਕੇ ਲੈ ਕੇ ਆਪਣੇ ਟਿਕਾਣੇ ਪਹੁੰਚਿਆ ਆਪਣੇ ਸਮਾਨ ਦਾ ਵਪਾਰ ਕਰਕੇ ਬਹੁਤ ਤੇ ਧਨ ਦਾ ਨਫਾ ਪ੍ਰਾਪਤ ਕਰਕੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਵੱਲ ਨੂੰ ਆਪਣੇ ਪਰਿਵਾਰ ਦੇ ਸਬੰਧੀਆਂ ਸਹਿਤ 500 ਦੀ ਗਿਣਤੀ ਵਿੱਚ ਨੌਕਰਾਂ ਚਾਕਰਾਂ ਨੂੰ ਲੈ ਕੇ ਔਰ ਸ਼ਸਤਰਧਾਰੀ ਸੂਰਮੇ ਵੀ ਜਿਹੜੇ ਆਪਣੇ ਨਾਲ ਸਿਪਾਹੀ ਰੱਖੇ ਹੋਇਆ ਉਹਨਾਂ ਸਮੇਤ ਸਤਿਗੁਰਾਂ ਵੱਲ ਨੂੰ ਆ ਰਿਹਾ ਹੈ ਪੰਜਾਬ ਦੀ ਧਰਤੀ ਤੇ ਜਿਸ ਵੇਲੇ ਸਤਿਗੁਰਾਂ ਦੇ ਨਗਰ ਬਕਾਲੇ ਦੇ ਆਸ-ਪਾਸ ਦੇ ਇਲਾਕੇ ਵਿੱਚ ਪਹੁੰਚਿਆ ਹੈ ਤਾਂ ਜਿਵੇਂ ਸੰਗਤਾਂ ਕੋਲੋਂ ਖਬਰ ਮਿਲੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਵੇਲੇ ਬਕਾਲੇ ਨਗਰ ਵਿਖੇ ਹਨ ਬਕਾਲੇ ਨਗਰ ਵੱਲ ਨੂੰ ਇਸ ਨੇ ਆਪਣਾ ਰੁਖ ਕੀਤਾ ਹੈ ਜਿਵੇਂ ਇਹ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਾਲ ਕਰਨ ਦਾ ਯਤਨ ਕਰੇਗਾ ਆਕੇ ਜਿਸਨੇ ਮੱਖਣਸ਼ਾਲ ਬਾਣੇ ਨੇ ਜਦੋਂ ਕਿ ਵੇਖਿਆ ਫਿਰ ਕਿ ਇੱਥੇ ਤਾਂ ਕਈ ਗੁਰੂ ਬਣ ਬੈਠੇ ਐ ਇਹਨਾਂ ਚੋਂ ਪਾਲ ਕਰਨੀ ਐ ਕਿਵੇਂ ਲੱਭਣਾ ਹੈ ਇਸ ਪ੍ਰਕਾਰ ਦੇ ਵਿਚਾਰ ਵਾਲਾ ਜੋ ਪ੍ਰਸੰਗ ਆ ਰਿਹਾ ਹੈ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਗਟ ਹੋਣ ਦਾ ਆਉ ਪ੍ਰੇਮ ਸਰਦਾ ਭਾਵਨਾ ਸਹਿਤ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਾਰਗ ਆਏ ਉਲੰਘ ਕੇ ਜੋ ਸਤਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮ ਵਿੱਚ ਮੱਖਣ ਸ਼ਾ ਲਬਾਣਾ ਆਪਣੇ ਟਿਕਾਣੇ ਤੋਂ ਚੱਲ ਕੇ ਸਾਰਾ ਰਸਤਾ ਉਲੰਘ ਕਰਕੇ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਨਗਰ ਦੇ ਨੇੜੇ ਪਹੁੰਚ ਰਿਹਾ ਹੈ ਮੱਖਣ ਸ਼ਾਹ ਵਿਸਾਲ ਤੇ ਮਹਾਨ ਸ਼੍ਰੇਸ਼ਟ ਉੱਤਮ ਭਾਵਨਾ ਵਾਲਾ ਜੋ ਸੇਵਕ ਮੱਖਣ ਸ਼ਾਹ ਹੈ ਦੇਸ਼ ਬਖੈ ਸੁਨ ਬੋ ਕਰਿਓ ਤੇ ਪੰਜਾਬ ਦੇਸ਼ ਇਲਾਕੇ ਵਿੱਚ ਆਣ ਕੇ ਇਸ ਨੇ ਸਿੱਖਾਂ ਦੇ ਪਾਸੋਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਬਚਨ ਹੋਏ ਹਨ ਅਗੇ ਨੌਵੇਂ ਸਰੂਪ ਵਿੱਚ ਪ੍ਰਗਟ ਹੋਣ ਦੇ ਇਸ ਬਾਬਤ ਵਿਚਾਰ ਸੁਣੀ ਹੈ ਜਿਸ ਪ੍ਰਕਾਰ ਗੁਰਚਾਲ ਤੇ ਜਿਸ ਤਰ੍ਹਾਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ ਇਹ ਖਬਰ ਸਾਰ ਸੁਣੀ ਹੈ ਚੌਪਈ ਸ੍ਰੀ ਹਰਿਕ੍ਰਿਸ਼ਨ ਬਾਖ ਜਿਮ ਕਹਿਓ ਤੇ ਜਿਸ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਆਖੇ ਹਨ ਕਿਨਹੂ ਗੁਰੂ ਰੂਪ ਨਹਿ ਲਹਿਓ ਤੇ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਕਿਸੇ ਨੇ ਅਜੇ ਤੱਕ ਬਕਾਲੇ ਨਗਰ ਵਿਖੇ ਜਾ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਹਿਸ ਰੂਪ ਦੇ ਦਰਸ਼ਨ ਨਹੀਂ ਕੀਤੇ ਹਨ ਵਿਚ ਬਕਾਲੇ ਗੁਰੂ ਕਹਾਵੈ ਤੇ ਇਸ ਪ੍ਰਕਾਰ ਬਕਾਲੇ ਨਗਰ ਵਿਖੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਵੇਲੇ ਨਿਵਾਸ ਹੈ ਕਈ ਸਿੱਖਾਂ ਵੱਲੋਂ ਦੱਸਿਆ ਜਾਂਦਾ ਹੈ ਦ્વੈ ਬਿੰਸਤ ਗਾ ਦੀਨ ਪੁਜਾਵੈ ਤੇ ਜਿਹੜੇ ਆਪਣੇ ਆਪ ਨੂੰ ਹੋਰ ਵੀ ਕਈ ਹਨ ਜੋ ਆਪ ਗੁਰੂ ਕਹਾਉਣ ਵਾਲੇ ਹਨ 22 ਦੀ ਗਿਣਤੀ ਦੇ ਵਿੱਚ ਗੱਧੀਆਂ ਲਗਾ ਕੇ ਆਪਣੀ ਪੂਜਾ ਕਰਾਉਣ ਵਿੱਚ ਲੱਗੇ ਹੋਏ ਨਬ ਮਹ ਸੂਰਨਾ ਪ੍ਰਗਟ ਹੈ ਜਾਵਦ ਤੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਜਦੋਂ ਤੱਕ ਆਕਾਸ਼ ਦੇ ਵਿੱਚ ਸੂਰਜ ਨਹੀਂ ਪ੍ਰਗਟ ਹੋ ਜਾਂਦਾ ਉੱਟ ਗਨ ਅਦਕ ਪ੍ਰਕਾਸ਼ ਹੈ ਤਾਬਦ ਤੇ ਉਹਨਾਂ ਚਿਰ ਤੱਕ ਹੀ ਬਹੁਤ ਸਾਰੇ ਤਾਰੇ ਜਿਹੜੇ ਆਕਾਸ਼ ਵਿੱਚ ਜੋ ਟਿਮ ਟਿਮ ਟਮਾਉਂਦੇ ਨੇ ਪ੍ਰਕਾਸ਼ ਦੇ ਹਨ ਨਜ਼ਰ ਉਹਨਾਂ ਚਿਰ ਤੱਕ ਹੀ ਆਉਂਦੇ ਐ ਉਹਨਾਂ ਦਾ ਪ੍ਰਕਾਸ਼ ਥੋੜਾ ਬਹੁਤ ਜਿਹੜਾ ਆਕਾਸ਼ ਵਿੱਚ ਜੋ ਹੁੰਦਾ ਹੈ ਉਹ ਸੂਰਜ ਦੇ ਨਾਂ ਚੜਨ ਕਰਕੇ ਹੀ ਉਹਨਾਂ ਸਮੇਂ ਤੱਕ ਹੁੰਦਾ ਯਾਂ ਤੇ ਲਖੀਤ ਹੈ ਇਸ ਭਾਏ ਤੇ ਇਸ ਕਰਕੇ ਇਸ ਤਰੀਕੇ ਨਾਲ ਜਾਣੇ ਜਾਂਦੀ ਹੈ ਇਹ ਗੱਲ ਉਹਨਾਂ ਬਾਰੇ ਪਖੰਡੀਆਂ ਗੁਰੂਆਂ ਬਾਰੇ ਅਬਲ ਗੁਰ ਨਾ ਭਾ ਬਿਜਤਾਏ ਤੇ ਇਸ ਤਰ੍ਹਾਂ ਇਵੇਂ ਜਾਣਿਆ ਗਏ ਜੋ ਕਈ ਸੰਗਤਾਂ ਨੂੰ ਅਜੇ ਤੱਕ ਇਹੋ ਹੀ ਖਬਰ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਜੇ ਤੱਕ ਆਪ ਪ੍ਰਗਟ ਨਹੀਂ ਹੋਏ ਅਗਲੇ ਨਾਵੇਂ ਸਰੂਪ ਵਿੱਚ ਮੱਖਣਸ਼ਾਹ ਸੁਨਤ ਸੰਦੇਹ ਤੇ ਜਦੋਂ ਕਈ ਸਿੱਖਾਂ ਦੇ ਪਾਸੋਂ ਇਹ ਗੱਲ ਮੱਖਣਸ਼ਾਹ ਲੁਬਾਣੇ ਨੇ ਸੁਣੀ ਹੈ ਤਾਂ ਇਸ ਭਾਈ ਸਾਹਿਬ ਭਾਈ ਮੱਖਣਸ਼ਾਹ ਦੇ ਮਨ ਵਿੱਚ ਬਹੁਤ ਜ਼ਿਆਦਾ ਸ਼ੰਕਾ ਪੈਦਾ ਹੋਇਆ ਮਾਨਸ ਸੰਸੈ ਮਾਨ ਅਛੇਹ ਤੇ ਇੱਕ ਰਸ ਆਪਣੇ ਚਿੱਤ ਵਿੱਚ ਬਹੁਤ ਹੀ ਸ਼ੰਕਾ ਮੰਨਿਆ ਹੈ ਬਹੁ ਧਨ ਲਾਭ ਬਨਜ ਤੇ ਆਵਾ ਤੇ ਇਸ ਤਰ੍ਹਾਂ ਆਪਣੇ ਚਿੱਤ ਵਿੱਚ ਖਿਆਲ ਕੀਤਾ ਏ ਔਰ ਇਸ ਤਰ੍ਹਾਂ ਵਿਚਾਰਦੇ ਹਨ ਭਾਈ ਮੱਖਣ ਸ਼ਾਹ ਜੀ ਕਿ ਮੈਂ ਵਪਾਰ ਕਰਕੇ ਧਨ ਦਾ ਬਹੁਤਾ ਲਾਭ ਖੜ ਕੇ ਇਧਰ ਆਇਆ ਹਾਂ ਤਹੇ ਦਸਵੰਦ ਕੋ ਮੈਂ ਨਿਕਸਾਵਾਂ ਤੇ ਉਸ ਧਨ ਦੇ ਵਿੱਚੋਂ ਦਸਵੰਦ ਕੱਢਣ ਦਾ ਮੈਂ ਯਤਨ ਕੀਤਾ ਹੈ ਉਰਦ ਜਹਾਜ਼ اٹਕ ਜਬ ਗਈਉ ਤੇ ਉਦਦ ਜਿਸ ਵੇਲੇ ਕਿ ਸਮੁੰਦਰ ਦੇ ਵਿੱਚ ਜਹਾਜ਼ ਇੱਕ ਥਾਂ ਤੇ ਬਹੁਤ ਬ੍ਰੇਤੀ ਵਾਲੀ ਜਗ੍ਹਾ ਦੇ ਵਿੱਚ ਰੁਕ ਗਿਆ ਸੀ ਤਹਾਂ ਸਹਾਇਕ ਸਤਗੁਰ ਭਈਉ ਤੇ ਉਸ ਵੇਲੇ ਉਥੇ ਹੋਰ ਕੋਈ ਮੇਰੀ ਸਹਾਇਤਾ ਕਰਨ ਵਾਲਾ ਨਹੀਂ ਸੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੀ ਮੈਂ ਯਾਦ ਕੀਤਾ ਤਾਂ ਸਤਗੁਰਾਂ ਨੇ ਕਿਰਪਾ ਕਰਕੇ ਮੇਰੀ ਸਹਾਇਤਾ ਕੀਤੀ ਤਬ ਮਨ ਤੇ ਮੈਂ ਦਰਬ ਘਨੇਰਾ ਕਾਮ ਸਿਰ ਉਸ ਵੇਲੇ ਆਪਣੇ ਮਨ ਦੇ ਵਿੱਚ ਮੈਂ ਭਾਵਨਾ ਕੀਤੀ ਕਿ ਬਹੁਤ ਸਾਰਾ ਧਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਭੇਟਾ ਕਰਾਂਗਾ ਅਰਪਣ ਚਾਹਿਓ ਗੁਰਨ ਕੇ ਪੈਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਉਸ ਵੇਲੇ ਹੀ ਮੈਂ ਧਨ ਭੇਟਾ ਕਰਨਾ ਚਾਹਿਆ ਬਹੁਤ ਬਿੱਤ ਅਬ ਲਿਆਵਨ ਕੀਨਾ ਤੇ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਚਿੱਤ ਵਿੱਚ ਵਿਚਾਰ ਕਰਦੇ ਹਨ ਕਿ ਬਹੁਤ ਸਾਰਾ ਧਨ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੇ ਭੇਟਾ ਕਰਨ ਵਾਸਤੇ ਮੈਂ ਲਿਆਂਦਾ ਹੈ ਸਤਗੁਰੂ ਭੇਟ ਚਾਹੋਂ ਮੈਂ ਦੀਨਾ ਤੇ ਮੈਂ ਸਤਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਨਾ ਚਾਹੁੰਦਾ ਹਾਂ ਕਿਸ ਪ੍ਰਕਾਰ ਕਰ ਸਕਬ ਪਛਾਨ ਤੇ ਕਿਸ ਤਰ੍ਹਾਂ ਨਾਲ ਮੈਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਛਾਣ ਕਰਾਂਗਾ ਤੇ ਹਰਿ ਕ੍ਰਿਸ਼ਨ ਸੋ ਅੰਤਰ ਧਿਆਨ ਕਿਉਂਕਿ ਜੇਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਮਹਿਮਾ ਪਹਿਲਾ ਮੈਂ ਜਾਣਦਾ ਸੀ ਕਿ ਗੁਰਤਾ ਗੱਦੀ ਤੇ ਮਾਲਕ ਇਸ ਵੇਲੇ ਗੁਰਿਆਈ ਗੱਦੀ ਤੇ ਸੁਭਾਏ ਮਾਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਨ੍ਹਾਂ ਬਾਰੇ ਹੁਣ ਮੈਨੂੰ ਪਤਾ ਲੱਗਿਆ ਏ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਅੰਤਰ ਧਿਆਨ ਹੋ ਗਏ ਐ ਭਾਵ ਜੋਤੀ ਜੋਤ ਸਮਾ ਗਏ ਹਨ ਕਿ ਹਰ ਵਸਤ ਕਰੀ ਕਹੋ ਦੇਨ ਤੇ ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਭੇਟਾ ਹੈ ਉਹ ਸਤਗੁਰੂ ਜੀ ਦੇ ਚਰਨਾਂ ਵਿੱਚ ਹੀ ਮੈਨੂੰ ਭੇਟਾ ਅਰਪਣੀ ਚਾਹੀਦੀ ਹੈ ਕਿ ਜੋ ਗੁਰੂ ਜੀ ਵਾਲੀ ਭੇਟਾ ਹੈ ਹੋਰ ਕਿਸੇ ਨੂੰ ਮੈਂ ਨਹੀਂ ਦੇ ਸਕਦਾ ਜਵੇਂ ਕਿ ਜਿਹੜੀ ਸ਼ੇਰ ਨੂੰ ਜੋ ਵਸਤੂ ਦੇਣੀ ਹੋਵੇ ਤੇ ਉਹ ਉਸ ਨੂੰ ਛੱਡ ਕੇ ਹਾਥੀ ਨੂੰ ਦੇ ਦਿੱਤੀ ਜਾਵੇ ਤਾਂ ਉਸ ਦਾ ਕੀ ਲਾਭ ਪ੍ਰਾਪਤ ਹੋ ਸਕਦਾ ਕਿੰਮ ਪੁਨ ਚਹੈ ਤਿੰਨ ਤੇ ਫਲ ਲੈਨ ਤੇ ਜੇਕਰ ਕੋਈ ਜਵੇ ਸ਼ੇਰ ਨੂੰ ਖੁਸ਼ ਕਰਨਾ ਚਾਹੇ ਕੋਈ ਵਸਤੂ ਦੇ ਕੇ ਤਾਂ ਉਸ ਨੂੰ ਖੁਸ਼ ਕਰਨ ਬਦਲੇ ਉਸ ਵੰਡੇ ਦੀ ਭੇਟਾ ਹਾਥੀ ਨੂੰ ਦੇ ਦੇਵੇ ਤੇ ਫੇਰ ਆਖੇ ਮੈਂ ਸ਼ੇਰ ਨੂੰ ਖੁਸ਼ ਕਰ ਲਵਾ ਹਾਥੀ ਨੂੰ ਕੋਈ ਵਸਤੂ ਦੇ ਕੇ ਤੇ ਸ਼ੇਰ ਖੁਸ਼ ਹੋ ਜਾਵੇ ਇਹ ਕਿਵੇਂ ਹੋ ਸਕਦਾ ਹੈ ਇਸ ਲਈ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਚਿੱਤ ਵਿੱਚ ਵਿਚਾਰ ਕਰਦੇ ਨੇ ਕਿ ਜੋ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਭੇਟਾ ਹੈ ਉਹ ਮੈਨੂੰ ਸਤਗੁਰਾਂ ਦੇ ਚਰਨਾਂ ਵਿੱਚ ਹੀ ਅਰਪਣੀ ਚਾਹੀਦੀ ਹੈ ਤੇ ਜਿਹੜੇ ਕਈ ਸਤਗੁਰਾਂ ਤੋਂ ਬਿਨਾਂ ਹੋਰ ਹਨ ਸਤਗੁਰਾਂ ਦਾ ਰੂਪ ਵੀ ਨਹੀਂ ਨਾ ਸਤਗੁਰਾਂ ਦੇ ਸਿੱਖ ਸੇਵਕ ਉਹ ਬਣੇ ਨੇ ਗੁਰਸਿੱਖੀ ਵੀ ਉਹਨਾਂ ਨੇ ਨਹੀਂ ਕਮਾਈ ਗੁਰੂ ਤਾਂ ਉਹਨਾਂ ਨੇ ਕੀ ਬਣਨਾ ਸਿੱਖ ਵੀ ਨਹੀਂ ਬਣ ਸਕੇ ਤੇ ਉਹਨਾਂ ਦੇ ਪੈਰਾਂ ਵਿੱਚ ਕਿਸ ਤਰ੍ਹਾਂ ਮੈਂ ਭੇਟਾ ਅਰਪ ਦੇਵਾਂ ਹੋਵਹਿ ਨਿਸਚੈ ਗੁਰੂ ਨ ਜਾਵਤ ਤੇ ਜਦੋਂ ਤੱਕ ਮੇਰੇ ਮਨ ਵਿੱਚ ਇਹ ਨਿਸ਼ਚਾ ਪ੍ਰੋਸਾ ਨਹੀਂ ਹੋ ਜਾਂਦਾ ਸਤਿਗੁਰਾਂ ਬਾਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੱਥੇ ਹਨ ਅਸਮੰਜਸ ਧਨ ਅਰਪਣ ਤਾਵਦ ਤੇ ਉਹਨਾਂ ਚਿਰ ਤੱਕ ਮੇਰੇ ਮਨ ਅੰਦਰ ਇਹ ਦੁਬਿਧਾ ਜਹੀ ਹੈ ਕਿ ਮੈਂ ਕਿਸ ਦੇ ਪਾਸ ਪੇਟਾ ਅਰਪਣ ਕਰਾਂ ਪਾਪ ਕਿਸੇ ਦੇ ਕੋਲ ਵੀ ਜਿਹੜੀ ਸਤਿਗੁਰਾਂ ਵਾਲੀ ਪੂਰੀ ਪੇਟਾ ਹੈ ਨਹੀਂ ਅਰਪਾਂਗਾ ਕੌਣ ਸਥਲ ਮੈਂ ਖੋਜਾਂ ਗੁਰ ਕੋ ਤੇ ਕਿਸ ਸਥਾਨ ਤੇ ਜਾ ਕੇ ਮੈਂ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਭਾਲ ਕਰਾਂ ਇਸ ਥਾਂ ਤੇ ਮੈਨੂੰ ਪਤਾ ਲੱਗੇ ਕਿ ਜਿੱਥੇ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਹਨ ਇਸ ਵੇਲੇ ਉੱਥੇ ਜਾਵਾਂ ਹੋਏ ਮਨੋਰਥ ਪੂਰਨ ਉਰ ਕੋ ਤੇ ਜਿਸ ਕਰਕੇ ਮੇਰੇ ਹਿਰਦੇ ਦਾ ਜੋ ਮਨ ਦਾ ਫੁਰਨਾ ਹੈ ਉਹ ਪੂਰਾ ਹੋ ਜਾਵੇ ਸਤਿਗੁਰਾਂ ਨੂੰ ਮਿਲਣ ਦਾ ਗੁਰ ਹਰਿਕ੍ਰਿਸ਼ਨ ਬਾਕ ਅਨੁਸਾਰਾ ਤੇ ਇਸੇ ਪ੍ਰਕਾਰ ਜੋ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਬਚਨ ਨੇ ਜਿਵੇਂ ਬਾਬਾ ਬਸਹਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਅਨਸਾਰ ਜਿਸ ਕਰਕੇ ਮੈਂ ਚੱਲ ਸਕਾਂ ਚਹੀਏ ਬਕਾਲੇ ਗ੍ਰਾਮ ਮਝਾਰਾ ਇਸ ਲਈ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਇੱਥੇ ਹੀ ਹੋਣੇ ਚਾਹੀਦੇ ਹਨ ਬਕਾਲੇ ਨਗਰ ਵਿੱਚ ਕਿਉਂਕਿ ਸਤਗੁਰਾਂ ਨੇ ਇੱਥੇ ਹੀ ਮਹਾਰਾਜ ਸਾਹਿਬ ਜੀ ਦਾ ਹੋਣਾ ਦੱਸਿਆ ਹੈ ਗੁਰੂ ਬਚਨ ਪਰ ਸ਼ਰਧਾ ਧਰਨੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਪਰ ਜੋ ਸ਼ਰਧਾ ਧਾਰਨ ਕਰਨੀ ਹੈ ਇਹ ਸਿੱਖ ਵਾਸਤੇ ਜ਼ਰੂਰੀ ਹੈ ਬ੍ਰਿਧਨ ਇਹ ਉੱਤਮ ਗਤ ਬਰਨੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇ ਉਹ ਇਹ ਉੱਤਮ ਮਰਯਾਦਾ ਦੱਸੀ ਹੈ ਔਰ ਜਿਹੜੇ ਬਜ਼ੁਰਗ ਮਹਾਪੁਰਖ ਹਨ ਉਤਮ ਪੁਰਖ ਪਰਮੇਸ਼ਰ ਦੇ ਆ ਪਿਆਰੇ ਭਗਤ ਜਾਣਨੇ ਉਹਨਾਂ ਵੱਲੋਂ ਵੀ ਇਹੋ ਸਿੱਖਿਆ ਦਿੱਤੀ ਜਾਂਦੀ ਐ ਕਿ ਗੁਰੂ ਸਾਹਿਬ ਜੀ ਦੇ ਉੱਪਰ ਪੂਰਨ ਸ਼ਰਧਾ ਨਿਸ਼ਚਾ ਭਰੋਸਾ ਰੱਖਣਾ ਚਾਹੀਦਾ ਹੋਏ ਜੇ ਸਿੱਖ ਅਸ਼ਰਧਾਵਾਨ ਤੇ ਜਿਹੜਾ ਸਿੱਖ ਸ਼ਰਧਾ ਦੇ ਸਹਿਤ ਹੋਵੇ ਨਹਿ ਸਿੱਖੀ ਫਲ ਲਹੈ ਸੁਨਦਾਨ ਤੇ ਇਸੇ ਪ੍ਰਕਾਰ ਸੋ ਫੇਰ ਪੰਕਤੀ ਪੜੋ ਪਿਛਲੀ ਹੋਏ ਜੇ ਸਿੱਖ ਅਸ਼ਰਧਾਵਾਨ ਹੋਏ ਜੇ ਸਿੱਖ ਅਸ਼ਰਦਾਵਾਨ ਤੇ ਜੇਕਰ ਜੋ ਸਿੱਖ ਹੈ ਅਸ਼ਰਦਾਵਾਨ ਹੋਵੇ ਭਾਵੇਂ ਸ਼ਰਦਾ ਤੋਂ ਬਿਨਾਂ ਹੋਵੇ ਨਾ ਸਿੱਖੀ ਫਲ ਲਹੈ ਸੁਨਦਾਨ ਸੋ ਨਿਦਾਨ ਉਹ ਅੰਤ ਵੇਲੇ ਸਿੱਖੀ ਕਮਾਉਣ ਦਾ ਫਲ ਨਹੀਂ ਪ੍ਰਾਪਤ ਕਰ ਸਕਦਾ ਭਾਵੇਂ ਕਿ ਉਹ ਜੋ ਦੇਖਤਾ ਕੇਵਲ ਸਿੱਖ ਵਾਲਾ ਹਿਤਾਰਨ ਕਰਕੇ ਰੱਖਦਾ ਰਹੇ ਪਰ ਸ਼ਰਧਾ ਹਿਰਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਆਪਣੇ ਜੀਵਨ ਕਾਲ ਦੌਰਾਨ ਕੋਈ ਨਾ ਰੱਖੀ ਹੋਵੇ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਗੁਰੂ ਕੇ ਬਚਨਾਂ ਤੇ ਸ਼ਰਧਾ ਰੱਖਣ ਦੇ ਨਾਲ ਜਿਹੜਾ ਉਸ ਨੂੰ ਫਲ ਮਿਲਣਾ ਸੀ ਗੁਰਸਿੱਖੀ ਕਮਾ ਕੇ ਜੋ ਫਲ ਦੀ ਪ੍ਰਾਪਤੀ ਹੁੰਦੀ ਹੈ ਉਹ ਉਸ ਨੂੰ ਫਿਰ ਅੰਤ ਵੇਲੇ ਨਹੀਂ ਹੁੰਦੀ ਸ਼ਰਦਾ ਸਿੱਖੀ ਮੂਲ ਮਹਾਨੀ ਤੇ ਇਸ ਲਈ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਸਾਧ ਸੰਗਤ ਚਿਤ ਵਿੱਚ ਵਿਚਾਰ ਕਰਦੇ ਆ ਕਿ ਜੋ ਸ਼ਰਦਾ ਹੈ ਨਾ ਇਹੋ ਹੀ ਸਿੱਖੀ ਦੀ ਜਾਣੋ ਕੀ ਜੜ ਹੈ ਜੇਕਰ ਸ਼ਰਦਾ ਹੋਵੇ ਤਾਂ ਹੀ ਉਸ ਦੇ ਕੋਲ ਜਾਣੋ ਕੀ ਸਿੱਖੀ ਹੈ ਬਿਨ ਸ਼ਰਦਾ ਸਿੱਖੀ ਹੋਏ ਹਾਨੀ ਤੇ ਸ਼ਰਦਾ ਤੋਂ ਬਿਨਾ ਕਿਸ ਨੇ ਸਿੱਖੀ ਕਮਾਈ ਹੈ ਉਸ ਦੇ ਹਿਰਦੇ ਦੇ ਵਿੱਚੋਂ ਸਿੱਖੀ ਦਾ ਪ੍ਰੇਮ ਖਤਮ ਹੋ ਜਾਂਦਾ ਹੈ ਜਿਸ ਦੇ ਚਿੱਤ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਪਰਥਾਏ ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਨਾ ਹੋਵੇ ਬਿਨਾ ਮੂਲ ਤੇ ਮੁਕਤ ਜੇ ਫਲ ਹੈ ਤੇ ਜਿਵੇਂ ਕਿ ਮੂਲ ਹੀ ਨਹੀਂ ਹੈ ਜਿੱਥੇ ਜੜ੍ਹ ਹੀ ਨਹੀਂ ਹੈ ਤੇ ਉਥੇ ਫਿਰ ਮਹਾਨ ਰੁੱਖ ਕਿਵੇਂ ਪੈਦਾ ਹੋ ਸਕਦਾ ਹੈ ਤੇ ਉਸ ਰੁੱਖ ਤੋਂ ਕਿਵੇਂ ਫਲ ਪ੍ਰਾਪਤ ਹੋ ਸਕਦਾ ਹੈ ਇਸੇ ਪ੍ਰਕਾਰ ਸੋ ਜਿੱਥੇ ਗੁਰਸਿੱਖੀ ਦੇ ਜੋ ਜੜ ਰੂਪ ਸ਼ਰਧਾ ਨਹੀਂ ਹੈ ਤਾਂ ਉਸ ਨੂੰ ਫਿਰ ਗੁਰਸਿੱਖੀ ਕਮਾਉਣ ਦਾ ਜੋ ਮੁਕਤੀ ਰੂਪ ਫਲ ਹੈ ਕਿਵੇਂ ਮਿਲ ਸਕਦਾ ਹੈ ਨਹਿ ਪ੍ਰਾਪਤ ਹੋਵਤ ਕਿਸ ਥਲ ਹੈ ਕਿਸੇ ਥਾਂ ਤੇ ਵੀ ਭਾਵੇਂ ਉਹ ਚੱਲਿਆ ਜਾਏ ਭਾਵੇਂ ਉਹ ਜਿਸ ਮਰਜੀ ਥਾਂ ਤੇ ਆਪ ਜਾ ਕੇ ਨਿਵਾਸ ਕਰ ਲਵੇ ਤੇ ਜੇ ਸ਼ਰਧਾ ਤੋਂ ਹਿਣਾ ਹੈ ਸ਼ਰਧਾ ਨਹੀਂ ਉਸ ਦੇ ਚਿੱਤ ਵਿੱਚ ਤਾਂ ਉਸ ਨੂੰ ਗੁਰਸਿੱਖੀ ਕਮਾਉਣ ਦਾ ਜੋ ਫਲ ਮੁਕਤੀ ਰੂਪ ਨਹੀਂ ਪ੍ਰਾਪਤ ਹੁੰਦਾ ਸਰਦਾ ਤੇ ਔਰ ਧਰ ਉਪਦੇਸ਼ ਤੇ ਇਸ ਲਈ ਸਰਦਾ ਦੇ ਨਾਲ ਜਿਹੜਾ ਹਿਰਦੇ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਰੱਖਦਾ ਪਾਏ ਅਚਲ ਸੁਖ ਤਜੇ ਕਲੇਸ਼ ਉਹ ਅਚਲ ਸੁਖ ਨੂੰ ਪ੍ਰਾਪਤ ਕਰ ਲੈਂਦਾ ਏ ਔਰ ਜਿਹੜੇ ਕਲੇਸ਼ ਹਰਣਾ ਉਸ ਦੇ ਛੋਟੇ ਜਾਂਦੇ ਹਨ ਨਿਤ ਹੀ ਕਲੇਸ਼ ਵਿੱਚ ਪਏ ਰਹਿਣਾ ਐਸੀ ਜਿਹੜੀ ਹਾਲਤ ਹੈ ਉਸ ਵਾਸਤੇ ਸਦਾ ਲਈ ਖਤਮ ਹੋ ਜਾਂਦੀ ਹੈ ਗੁਰਬਚ ਪਰ ਸਰਦਾ ਧਰਿਆਂਤੇ ਤੇ ਇਸ ਲਈ ਗੁਰੂ ਸਾਹਿਬ ਜੀ ਦੇ ਬਚਨ ਦੇ ਉੱਪਰ ਮੈਨੂੰ ਸ਼ਰਧਾ ਰੱਖਣੀ ਚਾਹੀਦੀ ਹੈ ਭਾਈ ਮੱਖਣ ਸ਼ਾਹ ਜੀ ਇਸ ਤਰ੍ਹਾਂ ਚਿਤ ਵਿੱਚ ਵਿਚਾਰਦੇ ਹਨ ਮੈਂ ਖੋਜਾਂ ਪ੍ਰਾਪਤ ਹੋਏ ਜਾਤੇ ਜਾਂ ਤੇ ਜਿਸ ਕਰਕੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਮਿਲ ਜਾਣ ਤੇ ਮੈਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਲ ਕਰਾਂਗਾ ਐਵੇਂ ਇਥੋਂ ਸ਼ਰਧਾ ਤੋਂ ਹੀਣਾ ਹੋ ਕੇ ਛੇਤੀ ਨਾਲ ਹੀ ਮੁੜ ਨਹੀਂ ਜਾਵਾਂਗਾ ਕਿ ਜੇ ਮੈਂ ਆਇਆ ਇੱਥੇ ਪੇਟਾ ਲੈ ਕੇ ਇੱਥੇ ਕਿਹੜੇ ਗੁਰੂ ਮਹਾਰਾਜ ਸਾਹਿਬ ਮੈਨੂੰ ਮਿਲੇ ਆ ਤੇ ਮੈਂ ਪੇਟਾ ਕੀ ਅਰਪਣ ਕਰਨੀ ਕਈਏ ਤਾਂ ਪਹਿਲਾਂ ਹੀ ਸਾਧ ਸੰਗਤ ਜੀ ਬਹਾਨਾ ਲਾਉਣ ਨੂੰ ਤਿਆਰ ਹੁੰਦੇ ਆ ਕਿ ਉੱਥੇ ਤਾਂ ਕੋਈ ਜੀ ਮਿਲਿਆ ਨਹੀਂ ਸੇਵਾ ਕਿਸ ਨੂੰ ਅਸੀਂ ਸੰਪਣੀ ਸੀ ਕੀ ਦੇਣੀ ਸੀ ਸੇਵਾ ਪਹਿਲਾਂ ਹੀ ਚਿੱਤ ਵਿੱਚ ਖਿਆਲ ਹੁੰਦਾ ਏ ਜਦੋਂ ਆ ਰਹੇ ਹੁੰਦੇ ਨੇ ਕਿ ਕਿਤੇ ਬਹਾਨਾ ਕੋਈ ਬਣ ਜਾਵੇ ਉੱਥੇ ਨਾ ਹੀ ਮਿਲਣ ਤਾਂ ਵਾਪਸ ਮੁੜ ਜਾਵੀਏ ਤੇ ਜਿੰਨਾ ਕੋ ਧਨ ਹੈ ਕੋਲ ਉਹ ਨਹੀਂ ਇਹਨਾਂ ਦੀ ਸੇਵਾ ਵਿੱਚ ਪੇਟਾ ਕਰਨਾ ਪਏ ਆਪ ਹੀ ਉਸ ਧੰ ਦਾ ਦੁਆਰਾ ਸੁਖ ਮਾਣੀ ਆ ਪਰ ਐਸਾ ਖਿਆਲ ਜਿਹੜੇ ਸਿੱਖ ਸ਼ਰਧਾ ਵਾਲੇ ਹੁੰਦੇ ਆ ਉਹਨਾਂ ਦੇ ਮਨ ਵਿੱਚ ਨਹੀਂ ਹੁੰਦਾ ਭਾਈ ਮੱਖਣ ਸ਼ਾਹ ਜੀ ਨੇ ਚਿੱਤ ਵਿੱਚ ਵਿਚਾਰਿਆ ਕਿ ਗੁਰੂ ਮਹਾਰਾਜ ਸਾਹਿਬ ਜੀ ਦਾ ਸਿੱਖ ਮੈਂ ਤਾਂ ਹੀ ਹਾਂ ਜੇਕਰ ਸ਼ਰਧਾ ਦੇ ਸਹਿਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਲ ਕਰਾਂਗਾ ਤੇ ਸਤਗੁਰੂ ਮਹਾਰਾਜ ਸਾਹਿਬ ਮੈਨੂੰ ਮਿਲ ਜਾਣਗੇ ਬਿਨ ਗੁਰ ਮਿਲੇ ਜੇ ਹਟਕੈ ਗਵਨੂ ਤੇ ਜੇ ਕਰ ਮੈਂ ਹਟਕੈ ਗਵਨੂ ਹਟਕੇ ਚਲਿਆ ਜਾਵਾਂ ਇਥੋਂ ਮੁੜਕੇ ਸਤਿਗੁਰਾਂ ਨੂੰ ਮਿਲਣ ਤੋਂ ਬਗੈਰ ਹੋਏ ਬੇਅਰਥ ਦੇਸ਼ ਆਗਵਨੂ ਤੇ ਜਿਹੜਾ ਮੈਂ ਇੱਥੇ ਆਇਆ ਏ ਇਸ ਦੇਸ਼ ਵਿੱਚ ਚੱਲ ਕੇ ਬੜੀ ਮਸ਼ੱਕਤ ਦੇ ਸਹਤ ਥਕਾਵਟ ਕਰਕੇ ਪਹੁੰਚਿਆ ਹਾਂ ਬਕਾਲੇ ਨਗਰ ਦੇ ਪਾਸ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਮਿਲਣ ਤੋਂ ਬਿਗੈਰ ਹੀ ਮੁੜ ਕੇ ਚਲਿਆ ਜਾਵਾਂ ਤਾਂ ਮੇਰਾ ਆਉਣਾ ਵਿਰਥ ਨਿਸਫਲ ਹੋ ਜਾਏਗਾ ਕਰਮਹੀਨ ਰਹੈ ਸੰਕਟ ਭਵਨੂ ਤੇ ਮੈਂ ਕਰਮਾਂ ਤੋਂ ਹੀਣਾ ਰਹਿ ਜਾਵਾਂਗਾ ਤੇ ਜਿਸ ਕਰਕੇ ਘਰ ਵਿੱਚ ਅਨੇਕਾ ਹੀ ਦੁੱਖ ਵੀ ਮੈਨੂੰ ਭੁਗਤਣੇ ਪੈਣਗੇ ਸਤਗੁਰ ਦਿਖਵ ਜਨਾ ਵਹਿ ਕਬਨੂ ਤੇ ਕੋਈ ਨਾ ਕੋਈ ਮੈਨੂੰ ਜਣਾ ਦੇਵੇ ਦੱਸ ਦੇਵੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਥੇ ਹਨ ਮੈਂ ਸਤਿਗੁਰਾਂ ਦੇ ਦਰਸ਼ਨ ਕਰ ਲਵਾਂ ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵਾਂਗਾ ਤੇ ਹੋਰ ਕਿਸੇ ਨੂੰ ਵੀ ਮੈਂ ਜਣਾ ਸਕਾਂਗਾ ਦੱਸ ਸਕਾਂਗਾ ਕਿ ਜਿੰਨਾ ਪਖੰਡੀਆਂ ਨੇ ਆਪਣੀਆਂ ਗੱਦੀਆਂ ਲਗਾਈਆਂ ਹੋਈਆਂ ਨੇ ਉਹ ਕੱਚੇ ਗੁਰੂ ਕੱਚੇ ਪਿੱਲੇ ਝੂਠੇ ਹਨ ਉਹ ਆਪਣੀ ਪੂਜਾ ਕਰਾਉਣ ਵਾਸਤੇ ਸਭ ਪਖੰਡੀ ਬੈਠੇ ਹੋਏ ਜੇ ਮੈਂ ਹੋਰ ਸੰਗਤਾਂ ਨੂੰ ਸਾਵਧਾਨ ਕਰ ਦੇਵਾਂਗਾ ਇਸ ਤਰ੍ਹਾਂ ਆਖ ਕੇ ਇਹ ਮ ਵਿਚਾਰ ਕਰ ਮਾਨਸ ਦੀਨ ਤੇ ਇਸ ਪ੍ਰਕਾਰ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਪਾਲ ਕਰਨ ਦੀ ਜੋ ਵਿਚਾਰ ਕੀਤੀ ਹੈ ਤੇ ਮਨ ਵਿੱਚ ਮੌਤ ਹੀ ਵਿਰਾਗ ਉਦਾਸੀ ਧਾਰਨ ਕੀਤੀ ਤੇ ਦੇ ਆਰਾਧ ਹੈ ਪਗ ਮਨ ਲੀਨ ਇਨ ਦਰਸ਼ਨਾਂ ਤੋਂ ਬਿਨਾ ਹੈ ਜਿਸ ਦਾ ਮਨ ਅਜੇ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਔਰ ਰੂਪ ਨੂੰ ਸਰੂਪ ਨੂੰ ਜਾਣ ਤੋਂ ਬਗੈਰ ਆਪਣਾ ਚਿੱਤ ਸਤਗੁਰੂ ਜੀ ਦੇ ਚਰਨਾਂ ਵਿੱਚ ਲੀਨ ਕਰਕੇ ਸਤਗੁਰੂ ਜੀ ਨੂੰ ਆਰਾਧ ਰਹਾ ਹੈ ਤਰਕ ਅਨੇਕ ਕੋਰ ਡੇ ਉਠਾਏ ਤੇ अनेका ਹੀ ਚਿੱਤ ਵਿੱਚ ਵਿਚਾਰਾਂ ਕਰਦਾ ਭਾਈ ਮੱਖਣ ਸ਼ਾਹ ਪੰਥ ਬਕਾਲੇ ਗਮਨਤ ਜਾਏ ਤੇ ਇਸ ਤਰ੍ਹਾਂ ਬਕਾਲੇ ਨਗਰ ਆਉਣ ਵਾਸਤੇ ਇਹ ਰਸਤੇ ਤੇ ਆ ਰਿਹਾ ਕਿਸ ਪ੍ਰਕਾਰ ਮੋਹ ਮਿਲਹਿ ਗੁਸਾਈ ਤੇ ਇਸ ਤਰ੍ਹਾਂ ਮਨ ਹੀ ਮਨ ਬੇਨਤੀ ਕਰਦਾ ਏ ਕਿ ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਮੈਨੂੰ ਪ੍ਰਾਪਤ ਹੋ ਜਾਣ ਜੇ ਅਬਲੋ ਨਹਿ ਨਿਜ ਬਿਦਤਾਈ ਤੇ ਜੀ ਕਰ ਹੁਣ ਤੱਕ ਆਪਣਾ ਸਰੂਪ ਮਹਾਰਾਜ ਸਾਹਿਬ ਨੇ ਪ੍ਰਗਟ ਨਹੀਂ ਕਰਕੇ ਦਿਖਾਇਆ ਅਪਰ ਸਿੱਖ ਮਿਲ ਮਿਲ ਜਿਮ ਜਾਏ ਤਾਂ ਮੈਨੂੰ ਜ਼ਰੂਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦੇਣਾ ਤੇ ਕਈ ਸਿੱਖ ਜੋ ਇੱਥੇ ਮਕਾਲੇ ਨਗਰ ਵਿਖੇ ਆ ਆ ਕੇ ਜਿਵੇਂ ਕਈ ਮੁੜ ਕੇ ਹੀ ਚਲੇ ਜਾਂਦੇ ਆ ਤੇ ਕਈਆਂ ਨੂੰ ਹੋਰਾਂ ਦੀ ਦੱਸ ਪੈਂਦੀ ਐ ਤੇ ਉਹਨਾਂ ਨੂੰ ਹੀ ਮਿਲ ਕੇ ਚਲੇ ਜਾਂਦੇ ਆ ਜਿਹੜੇ ਆਪਣੀਆਂ ਮੰਝੀਆਂ ਲਗਾ ਕੇ ਝੂਠੇ ਗੁਰੂ ਬਣ ਕੇ ਸਤਿਗੁਰਾਂ ਦੀ ਰੀਸੇ ਬੈਠੇ ਹੋਏ ਆ ਬਨਾਵਟੀ ਗੁਰੂ ਬੈਠੇ ਆ ਇਹ ਉਹਨਾਂ ਨੂੰ ਮਿਲਣ ਵਾਸਤੇ ਕਈ ਭੁਲੇਖੇ ਨਾਲ ਆ ਜਾਂਦੇ ਤੇ ਫਿਰ ਵਾਪਸ ਜਿਵੇਂ ਚਲੇ ਜਾਂਦੇ ਹਨ ਇਹ ਵਿਦਮੋਤ ਨਹਿ ਬਣ ਆਏ ਤੇ ਇਸ ਤਰ੍ਹਾਂ ਦੀ ਵਿਧੀ ਕਰਨੀ ਮੇਰੇ ਕੋਲੋਂ ਨਹੀਂ ਬਣੇਗੀ ਮੈਂ ਤਾਂ ਉਹ ਜੇ ਕੋਈ ਹੋਰ ਬੈਠੇ ਹੋਏ ਆ ਨਾ ਗੱਦੀਆਂ ਲਗਾ ਕੇ ਉਹਨਾਂ ਨੂੰ ਮਿਲ ਕੇ ਹੀ ਵਾਪਸ ਨਹੀਂ ਚਲਿਆ ਜਾਵਾਂਗਾ ਨਿਸ਼ਚੈ ਪ੍ਰਥਮ ਗੁਰੂ ਕਹੋ ਕਰਕੇ ਤੇ ਪਹਿਲਾ ਹੀ ਨਿਸ਼ਚੈ ਹੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਸਮਝ ਕੇ ਕਿ ਕਿੱਥੇ ਹਨ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਨਿਸ਼ਚਾ ਕਰਕੇ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਮਿਲ ਗਏ ਨੇ ਭਾਲ ਸਤਿਗੁਰਾਂ ਦੀ ਕਰਕੇ ਤੇ ਹੋਰ ਸੰਗਤਾਂ ਨੂੰ ਵੀ ਦੱਸ ਕੇ ਪਾਇਨ ਪਾਸ ਉਪਾਯਨ ਧਰ ਕੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਜੋ ਭੇਟਾਵਾਂ ਲੈ ਕੇ ਮੈਂ ਆਂਦੀਆ ਉਹ ਵੀ ਭੇਟਾਵਾਂ ਅਰਪਣ ਕਰਕੇ ਜਾਵਾਂਗਾ ਸ਼੍ਰੀ ਮੁਖ ਤੇ ਸੁਨ ਬਾਕ ਉਦਾਰਾ ਤੇ ਸ਼੍ਰੀ ਮੁਖ ਤੋਂ ਸ੍ਰੇਸ਼ਟ ਬਚਨ ਵੀ ਸੁਣਾਗਾ ਕਰੋ ਜਨਮ ਕੋ ਸਫਲ ਵਿਚਾਰਾ ਤੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਆਪਣਾ ਮਨੁੱਖਾ ਜਨਮ ਮੈਂ ਸਫਲਾ ਕਰ ਲਵਾਂਗਾ ਇਸ ਤਰ੍ਹਾਂ ਦੀ ਵਿਚਾਰ ਭਾਈ ਮੱਖਣ ਸ਼ਾਹ ਜੀ ਨੇ ਚਿੱਤ ਵਿੱਚ ਕੀਤੀ ਹੈ ਸਤਦਰਵ ਸਲਤਾ ਉਲੰਘ ਵਿਪਾਸ ਸਤਲੁਜ ਦਰਿਆ ਉਲੰਘ ਕੇ ਆਇਆ ਫਿਰ ਦਰਿਆ ਬਿਆਸ ਦਰਿਆ ਵੀ ਪਾਰ ਕਰਕੇ ਅੱਗੇ ਆਇਆ ਪਹੁੰਚਿਓ ਜਾਏ ਬਕਾਲੇ ਪਾਸਾ ਤੇ ਬਕਾਲੇ ਨਗਰ ਦੇ ਪਾਸ ਜਦੋਂ ਪਹੁੰਚਿਆ ਭਾਈ ਮੱਖਣ ਸ਼ਾਹ ਬਹਿਰ ਗ੍ਰਾਮ ਤੇ ਕੀਨ ਸਡੇਰਾ ਬਾਬਾ ਬਕਾਲਾ ਸਾਹਿਬ ਨਗਰ ਤੋਂ ਬਾਹਰ ਹੀ ਆਪਣਾ ਡੇਰਾ ਭਾਈ ਮੱਖਣ ਸ਼ਾਹ ਜੀ ਨੇ ਕੀਤਾ ਹੈ ਸਾਜ ਸੰਭਾਰ ਧਰੀ ਤਿਸ 베ਰਾ ਜਿਤਨਾ ਵੀ ਸਾਜੋ ਸਮਾਨ ਹੈ ਆਪਣਾ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪੇਟਾ ਅਰਪਣ ਕਰਨ ਲਈ ਲਿਆਂਦਾ ਹੈ ਉਹ ਸੰਭਾਲ ਕੇ ਰੱਖਿਆ ਹੈ ਡੇਰੇ ਵਿਖੇ ਸੁਣ ਕੇ ਸੁਧ ਪੀ ਸਭ ਸੋਢੀਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਇਵੇਂ ਭਾਈ ਮੱਖਣ ਸ਼ਾਹ ਬਕਾਲੇ ਨਗਰ ਵਿਖੇ ਪਹੁੰਚਿਆ ਤੇ ਭਾਈ ਮੱਖਣ ਸ਼ਾਹ ਜੀ ਦਾ ਆਉਣਾ ਸੁਣਿਆ ਹੈ ਸਭ ਸੋਢੀਆਂ ਨੂੰ ਪਤਾ ਲੱਗਿਆ ਨਿਜ-ਨਿਜ ਮਨੁੱਖ ਪਠਾਵਨ ਕੀਨ ਤੇ ਜੋ ਸੋਢੀ ਗੁਰੂ ਬਾਣ ਬੈਠੇ ਹੋਏ ਨੇ ਉਹਨਾਂ ਨੇ ਆਪੋ ਆਪਣਾ ਜੋ ਆਦਮੀ ਹੈ ਭਾਈ ਮੱਖਣ ਸ਼ਾਹ ਜੀ ਵੱਲ ਭੇਜਿਆ ਭੋਜਨ ਅਨਕ ਪ੍ਰਕਾਰ ਪੁਚਾਏ ਤੇ ਅਨੇਕ ਤਰਕਾਰ ਦੇ ਪਦਾਰਥ ਭੋਜਨ ਆਦਿਕ ਦੇ ਸਮੇਤ ਭੇਜੇ ਹਨ ਸਨਮਾਨ ਹੈ ਸਭ ਵਿਦ ਹਰ ਖਾਏ ਤੇ ਸਭ ਤਰ੍ਹਾਂ ਕਰਕੇ ਸਤਕਾਰ ਕੀਤਾ ਏ ਭਾਈ ਮੱਖਣ ਸ਼ਾਹ ਨੂੰ ਬਹੁਤਾ ਧਣਾੜ ਜਾਣ ਕੇ ਖੁਸ਼ ਕਰਨ ਵਾਸਤੇ ਨੇਜ ਨੇਜੇ ਦੇਸ਼ਾ ਮਸੰਦ ਮਹਾਨ ਤੇ ਆਪੋ ਆਪਣੀ ਤਰਫੋਂ ਉਹਨਾਂ ਸੋਡੀਆਂ ਨੇ ਜਿਹੜੀ ਮੰਜੀਆਂ ਲਗਾ ਕੇ ਗੁਰੂ ਬਣ ਕੇ ਬੈਠੇ ਹੋਏ ਐ ਆਪਣੇ ਆਪਣੇ ਉਹਨਾਂ ਨੇ ਮਸੰਦ ਆਪਣੀ ਵੱਲੋਂ ਭੇਜੇ ਹਨ ਉਪਦੇਸ਼ ਹੈ ਕਹਿ ਕਹਿ ਪਖਿਆਨਾ ਤੇ ਉਹਨਾਂ ਮਸੰਦਾਂ ਨੇ ਆਪਣੇ ਗੁਰੂਆਂ ਦੀ ਸਿਫਤ ਕਰਕੇ ਸੁਣਾਈ ਐ ਉਹਨਾਂ ਬਾਰੇ ਕੋਈ ਗੱਲਾਂ ਅਦਿਕ ਕਈ ਤਰ੍ਹਾਂ ਦੀਆਂ ਜੋ ਕਹਾਣੀਆਂ ਜਹੀਆਂ ਬਣਾ ਕੇ ਕਿ ਬੜੇ ਜਾ ਰਹੇ ਹਨ ਤੇ ਬੜੀ ਕਿਰਪਾ ਤੇ ਬਹੁਤ ਹੀ ਬਖਸ਼ਿਸ਼ਾਂ ਕਰਨ ਵਾਲੇ ਨੇ ਇਸ ਪ੍ਰਕਾਰ ਦੀ ਝੂਠੀ ਹੀ ਉਹਨਾਂ ਦੀ ਵਡਿਆਈ ਕਰਕੇ ਸੁਣਾਈ ਭਾਈ ਮੱਖਣ ਸ਼ਾਹ ਦੇ ਪਾਸ ਅਜ਼ਮਤ ਮਹ ਪੂਰਨ ਗੁਰ ਇਹੀ ਇਹ ਦੱਸਦੇ ਨੇ ਆਪੋ ਆਪਣੇ ਗੁਰੂ ਬਾਣੇ ਬਾਰੇ ਕਿ ਭਾਈ ਸਾਹਿਬ ਜੀ ਜਿਹੜੇ ਸਾਡੇ ਗੁਰੂ ਹੈ ਨਾ ਜਿਨ੍ਹਾਂ ਕੋਲੋਂ ਅਸੀਂ ਆਏ ਹਾਂ ਤੁਹਾਡੇ ਪਾਸ ਉਹੋ ਹੀ ਪੂਰੇ ਗੁਰੂ ਨੇ ਤੇ ਉਹ ਕਰਮਾਤਾ ਦੇ ਮਾਲਕ ਹਨ ਸੋਢੀ ਬੇਅਰਥ ਨਾਮ ਨਿਜਲੇਹੀ ਤੇ ਬਾਕੀ ਦੇ ਹੋਰ ਜਿਹੜੇ ਸੋਢੀ ਬੈਠੇ ਹੋਇਆ ਨਾ ਉਹ ਆਪਣੇ ਐਵੇਂ ਹੀ ਨਾਮ ਗੁਰੂ ਕਹਾਈ ਜਾਂਦੇ ਹਨ ਅਪਰ ਆਏ ਤਿਸ ਘਾਟ ਬਤਾਵੇ ਤੇ ਇਸ ਤਰ੍ਹਾਂ ਜਦੋਂ ਇੱਕ ਮਸੰਦ ਕਿਸੇ ਇੱਕ ਝੂਠੇ ਗੁਰੂ ਵੱਲੋਂ ਆਉਂਦਾ ਏ ਤੇ ਫਿਰ ਉਸ ਪਹਿਲਾਂ ਤਾਂ ਸਿਫਤ ਕਰਦਾ ਏ ਫਿਰ ਦੂਸਰੇ ਦਾ ਮਸੰਦ ਜਦੋਂ ਭਾਈ ਮੱਖਣਸ਼ਾਹ ਦੇ ਪਾਸ ਆਉਂਦਾ ਏ ਤੇ ਭਾਈ ਸਾਹਿਬ ਜੀ ਅੱਗੋਂ ਕਹਿੰਦੇ ਨੇ ਕਿ ਮੈਨੂੰ ਤਾਂ ਉਹ ਦੂਸਰਾ ਇੱਕ ਮਸੰਦ ਉਹਦੀ ਸਿਫਤ ਆਪਣੇ ਗੁਰੂ ਦੀ ਕਰਕੇ ਸੁਣਾ ਕੇ ਗਿਆ ਏ ਤੇ ਮੈਂ ਤਾਂ ਹੁਣ ਉੱਥੇ ਜਾਣ ਨੂੰ ਤਿਆਰ ਹਾਂ ਜਦੋਂ ਦੂਸਰੇ ਦਾ ਸੇਵਕ ਮਸੰਦ ਆਉਂਦਾ ਏ ਉਹ ਦੱਸਦਾ ਨਹੀਂ ਜੀ ਉਹ ਉਹਦੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਵਿੱਚ ਉਠਾ ਹੀ ਹੈ ਤੇ ਜਿਹਦੇ ਕੋਲੋਂ ਮੈਂ ਆਇਆ ਹਾਂ ਉਹ ਸੱਚਾ ਗੁਰੂ ਹੈ ਹਮ ਜਿਸ ਢਿਗ ਸੋ ਗੁਰ ਅਧਕਾਵੇ ਤੇ ਜਿਸ ਦੇ ਪਾਸੋਂ ਅਸੀਂ ਆਏ ਹਾਂ ਨਾ ਉਹ ਬਹੁਤ ਵੱਡਾ ਗੁਰੂ ਜੀ ਪਠੇ ਮਸੰਦ ਅਪਰ ਸੋ ਦੀਨ ਤੇ ਇਸ ਤਰ੍ਹਾਂ ਹੋਰ ਵੀ ਸੋਡੀਆਂ ਨੇ ਆਪੋ ਆਪਣੇ ਮਸੰਦ ਜਿਹੜੇ ਧਨ ਦੇ ਲੋਭੀ ਝੋਲੀ ਚੁੱਕ ਬਣ ਕੇ ਰਹਿੰਦੇ ਹਨ ਉਹਨਾਂ ਨੂੰ ਉਹਨਾਂ ਨੇ ਭੇਜਿਆ ਹੈ ਨੇਜੇ ਨੇਜੇ ਦੇਸ਼ਾ ਪਰਮਾਏ ਪਰਬੀਨ ਤੇ ਬੜੀ ਚਤਰਾਈ ਨਾਲ ਆਪੋ ਆਪਣੀ ਤਰਫ ਪਾਈ ਮੱਖਣ ਸ਼ਾਹ ਨੂੰ ਪਰਮਾਉਣ ਦਾ ਉਹਨਾਂ ਨੇ ਯਤਨ ਕੀਤਾ ਹੈ ਇੱਕ ਕੋ ਕਮੀ ਬਤਾਵਹਿ ਦੂਜਾ ਤੇ ਇੱਕ ਪਹਿਲਾਂ ਜਦੋਂ ਆ ਕੇ ਸਿਫਤ ਦੱਸਦਾ ਏ ਤਾਂ ਜਿਸ ਦੀ ਸਿਫਤ ਕੀਤੀ ਹੁੰਦੀ ਹੈ ਦੂਸਰਾ ਉਸ ਦੇ ਵਿੱਚ ਕਮੀ ਜਣਾ ਦਿੰਦਾ ਹੈ ਜਿੱਤੇ ਚਾਹਤ ਸਭ ਨਿਜ-ਨਿਜ ਪੂਜਾ ਤੇ ਇੱਕ ਦੂਸਰੇ ਦੀ ਕਮੀ ਦੱਸਦਾ ਹੈ ਦੂਸਰਾ ਫਿਰ ਜਦੋਂ ਆਪਣੀ ਵਡਿਆਈ ਦੱਸਦਾ ਹੈ ਤੇ ਤੀਸਰਾ ਫਿਰ ਦੂਸਰੇ ਦੀ ਕਮੀ ਦੱਸ ਦਿੰਦਾ ਹੈ ਐਵੇਂ ਆਪਣੇ ਮਨਾਂ ਵਿੱਚ ਚਾਹੁੰਦੇ ਹਨ ਕਿ ਆਪੋ ਆਪਣੇ ਗੁਰੂ ਦੀ ਪੂਜਾ ਕਰਵਾਈਏ ਧਨ ਕੋ ਲੋਭ ਤਰਹੇ ਉਪਦੇਸ਼ ਹੈ ਤੇ ਇਸ ਤਰ੍ਹਾਂ ਧਨ ਦਾ ਲਾਲਚ ਕਰਦੇ ਹੋਏ ਇਹ ਭਾਈ ਮੱਖਣ ਸ਼ਾਹ ਨੂੰ ਉਪਦੇਸ਼ ਦਿੰਦੇ ਨੇ ਕਿ ਤੁਸੀਂ ਸਾਡੇ ਆਪਣੇ ਜੋ ਸੱਚੇ ਗੁਰੂ ਹਨ ਨਾ ਜਿਨ੍ਹਾਂ ਦੇ ਕੋਲੋਂ ਅਸੀਂ ਆਏ ਹਾਂ ਉਹਨਾਂ ਦੀ ਸ਼ਰਣ ਵਿੱਚ ਜਾਓ ਹੋਇ ਹਮ ਮੰਨਤਾ ਦੇਸ਼ ਅਸ਼ੇਸ਼ ਹੈ ਤੇ ਇਸ ਤਰ੍ਹਾਂ ਉਹਨਾਂ ਦੀ ਸਾਧ ਸੰਗਤ ਜੀ ਇੱਛਾ ਹੈ ਕਿ ਜਿਵੇਂ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਮੰਨਤਾ ਵਡਿਆਈ ਹੁੰਦੀ ਹੈ ਨਾ ਸਤਗੁਰਾਂ ਦੀ ਪੂਜਾ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਵੱਲੋਂ ਤੇ ਇਸੇ ਤਰ੍ਹਾਂ ਪਖੰਡੀ ਰੀਸ ਕਰਨਾ ਚਾਹੁੰਦੇ ਹਨ ਕਿ ਸਾਡੀ ਵੀ ਉਸੇ ਤਰ੍ਹਾਂ ਦੀ ਪੂਜਾ ਹੋਵੇ ਜਗਤ ਵਿੱਚ ਧੀਰਮਲ ਕੋ ਹਤੋ ਮਸੰਦ ਇਸੇ ਪ੍ਰਕਾਰ ਜੋ ਬਾਬੇ ਧੀਰਮਲ ਦਾ ਵੀ ਇੱਕ ਜਿਹੜਾ ਮਸੰਦ ਸੀ ਪੁਸ਼ਟ ਧਨਾੜ ਪ੍ਰਵੀਨ ਬਿਲੰਦ ਤੇ ਬਹੁਤ ਹੀ ਧਨਾੜ ਸੀ ਤੇ ਬੜਾ ਚਤੁਰ ਤੇ ਬਹੁਤੇ ਹੀ ਚਾਲਾਂ ਨੂੰ ਸਮਝਣ ਵਿੱਚ ਜਿਹੜਾ ਬਹੁਤ ਸਿਆਣਾ ਮੰਨਿਆ ਜਾਂਦਾ ਸੋਪ ਆਏ ਸਨਮਾਨ ਕਰਨਤਾ ਸੋਪੇ ਉਹ ਵੀ ਜਿਹੜਾ ਆ ਕੇ ਧੀਰਮਲ ਵੱਲੋਂ ਭਾਈ ਮੱਖਣਸ਼ਾਹ ਦੇ ਪਾਸ ਪਹੁੰਚਿਆ ਤੇ ਭਾਈ ਸਾਹਿਬ ਦਾ ਸਤਕਾਰ ਕਰਨ ਲੱਗਾ ਅਦਕ ਸਤੁਤ ਆਪਣੀ ਉਚਰੰਤਾ ਤੇ ਆਪਣੇ ਬਣਾਏ ਹੋਏ ਗੁਰੂ ਧੀਰਮਲ ਜੀ ਦੀ ਬਹੁਤੀ ਉਸਤਤ ਕਰਕੇ ਸੁਣਾਉਣ ਲੱਗਾ ਧੀਰਮਲ ਕੇ ਘਰ ਗੁਰ ਆਈ ਤੇ ਇਸ ਤਰ੍ਹਾਂ ਬਹੁਤ ਉਸਨੇ ਸਿਫਤ ਸੁਣਾਈ ਹੈ ਕਿਉਂਕਿ ਉਸ ਨੂੰ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਸਿਪਤ ਸੁਣਾਉਣ ਬਾਬਤ ਵੀ ਬਹੁਤ ਚੰਗਾ ਟੰਗ ਮਿਲਿਆ ਹੋਇਆ ਹੈ ਕਿ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਘਰ ਦਾ ਇਹ ਨੇੜਲਾ ਸੰਬੰਧੀ ਹੈ ਬਾਬਾ ਧੀਰਮਲ ਜੋ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਹਨ ਬਾਬਾ ਧੀਰਮਲ ਜੀ ਸ੍ਰੀ ਗੁਰੂ ਹਰਰਾਇ ਜੀ ਦੇ ਵੱਡੇ ਭਰਾਤਾ ਨੇ ਇਹਨਾਂ ਬਾਬਤ ਇਸ ਤਰ੍ਹਾਂ ਇਹਨਾਂ ਵੱਲੋਂ ਆਇਆ ਹੋਇਆ ਮਸੰਦ ਕਹਿਣ ਲੱਗਾ ਹੈ ਕਿ ਜੋ ਧੀਰਮਲ ਹੈ ਉਸ ਦੇ ਘਰ ਵਿੱਚ ਹੀ ਗੁਰਤਾ ਗੱਦੀ ਹੈ ਹੁਤੀ ਇਨ ਹੋ ਕੀ ਇਨਕੇ ਆਈ ਤੇ ਇਹਨਾਂ ਦੀ ਹੀ ਇਹ ਵਸਤੂ ਸੀ ਇਹਨਾਂ ਨੂੰ ਹੀ ਆਣ ਕੇ ਪ੍ਰਾਪਤ ਹੋ ਗਈ ਹੈ ਸ੍ਰੀ ਗੁਰ ਹਰਗੋਬਿੰਦ ਆਨੰਦ ਤੇ ਆਨੰਦ ਦੇ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰ ਦਿੱਤਾ ਸੁਤ ਤਿਨਹੇ ਬਲੰਦ ਤੇ ਉਹਨਾਂ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਉੱਪਰ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਮਹਾ ਪ੍ਰਤਾਪੀ ਅਜ਼ਮਤ ਭਾਰੀ ਜੋ ਬਾਬਾ ਗੁਰੂ ਦਿੱਤਾ ਜੀ ਹੋਏ ਐ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਤੇ ਬਹੁਤ ਵੱਡੇ ਪ੍ਰਤਾਪੀ ਸੂਰਬੀਰ ਯੋਧੇ ਹੋਏ ਐ ਔਰ ਬਹੁਤ ਸ਼ਕਤੀ ਕਰਾਮਾਤ ਵਾਲੇ ਚਿੱਤ ਜੋ ਚਾਹਤ ਕਰਤ ਸੋਕਾਰੀ ਤੇ ਆਪਣੇ ਚਿੱਤ ਵਿੱਚ ਜੋ ਵੀ ਚਾਹੁੰਦੇ ਉਸੇ ਤਰ੍ਹਾਂ ਇੰਦਾ ਹੀ ਉਹ ਕਾਰਜ ਸੰਪੂਰਨ ਕਰ ਦਿੰਦੇ ਪਿੱਤੇ ਪ੍ਰੀਆ ਸਰਬ ਗੁਨਨ ਕਹੋ ਖਾਨੀ ਤੇ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਆਰੇ ਸੁਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ ਤੇ ਸਾਰੇ ਗੁਣਾ ਦੀ ਖਾਨ ਹੋਏ ਹਨ ਸੋਢੀ ਅਪਰ ਨ ਜਾਹੇ ਸਮਾਨੀ ਤੇ ਜਿਸ ਬਾਬਾ ਗੁਰਦਿੱਤਾ ਜੀ ਜੈਸੇ ਹੋਰ ਕੋਈ ਵੀ ਸੋਢੀ ਨਹੀਂ ਹਨ ਏਕ ਬਾਰ ਇੱਕ ਮ੍ਰਿਤਕ ਬੇਲੋਕ ਤੇ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੀ ਮਹਿਮਾ ਹੁਣ ਸੁਣਾਉਣ ਲੱਗਾ ਏ ਤੀਰਮਲ ਦੀ ਮਹਿਮਾ ਕਰਨ ਵਾਸਤੇ ਤੀਰਮਲ ਨੂੰ ਗੁਰੂ ਦਰਸਾਉਣ ਵਾਸਤੇ ਇਸ ਤਰ੍ਹਾਂ ਵੱਡਿਆਂ ਦੀ ਵਡਿਆਈ ਨਾਲ ਪਹਿਲਾਂ ਕਰਨ ਲੱਗਾ ਏ ਕਿ ਇੱਕ ਵਾਰ ਬਾਬਾ ਗੁਰੂ ਦਿੱਤਾ ਜੀ ਨੇ ਇੱਕ ਮ੍ਰਿਤਕ ਪ੍ਰਾਣੀ ਨੂੰ ਜਦ ਵੇਖਿਆ ਸੀ ਦਿਓ ਜਵਾਏ ਸੋਕੀਨ ਅਸ਼ੋਕ ਤਾਂ ਉਸ ਤੇ ਦਇਆ ਕਰਕੇ ਉਸ ਮ੍ਰਿਤਕ ਨੂੰ ਜ਼ਿੰਦਾ ਕਰ ਦਿੱਤਾ ਉਸ ਵਿੱਚ ਜਾਨ ਪਾ ਦਿੱਤੀ ਤੇ ਜਿਹੜੇ ਮਿਰਤਕ ਦੇ ਸੰਬੰਧੀ ਸਨ ਉਹਨਾਂ ਨੂੰ ਬਹੁਤ ਜੋ ਉਸ ਵੇਲੇ ਆਨੰਦ ਪ੍ਰਾਪਤ ਹੋਇਆ ਸਵਨ ਕਰ ਪਿਤ ਗੁਰ ਵਰਜਨ ਕੀਨਸ ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਤਾਂ ਸਤਿਗੁਰੂ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਅਗਾਂਹ ਵਾਸਤੇ ਸ਼ਕਤੀ ਦਿਖਾਉਣ ਤੋਂ ਵਿਵਰਜਿਤ ਕਰ ਦਿੱਤਾ ਇਮਨਹਿ ਕਰੋ ਪ੍ਰਭੂ ਗਤ ਚੀਨਸ ਬਚਨ ਆਖ ਦਿੱਤੇ ਕਿ ਪਰਮੇਸ਼ਰ ਦਾ ਭਾਣਾ ਸਮਝ ਕੇ ਆਪਣੇ ਹਿਰਦੇ ਦੇ ਵਿੱਚ ਜੋ ਅਜਾਰ ਸ਼ਕਤੀ ਨੂੰ ਜੜ ਕੇ ਹੀ ਰੱਖਣਾ ਅੱਗੇ ਵਾਸਤੇ ਕਿਸੇ ਮ੍ਰਿਤਕ ਨੂੰ ਜ਼ਿੰਦਾ ਨਹੀਂ ਕਰਨਾ ਕਿ ਤਕ ਕਾਲ ਪੁਨ ਬੀਤ ਗयो ਹੈ ਤੇ ਇਸ ਪ੍ਰਕਾਰ ਜਦੋਂ ਮੁਰਦੇ ਦੇ ਵਿੱਚ ਜਾਨ ਪਾ ਦਿੱਤੀ ਸੀ ਬਾਬਾ ਗੁਰੂ ਦਿੱਤਾ ਜੀ ਨੇ ਤਾਂ ਸਤਿਗੁਰਾਂ ਨੇ ਅੱਗੇ ਵਾਸਤੇ ਵਰਜ ਦਿੱਤਾ ਸੀ ਤੇ ਇਵੇਂ ਕਿੰਨਾ ਹੀ ਸਮਾਂ ਜਦੋਂ ਬਤੀਤ ਹੋ ਗਿਆ ਬ੍ਰਿੱਤ ਅਖੇਰ ਹੈ ਚੀਤ ਦਇਓ ਹੈ ਤੇ ਇੱਕ ਵਾਰ ਬਾਬਾ ਗੁਰਦਤਾ ਜੀ ਨੇ ਸ਼ਿਕਾਰ ਖੇਡਣ ਵਿੱਚ ਆਪਣਾ ਚਿੱਤ ਲਗਾਇਆ ਅਨਕ ਕਾਮਨਾ ਪੂਰਨ ਕਰੈ ਤੇ अनेका ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹੋਏ ਬਾਬਾ ਗੁਰਦਿੱਤਾ ਜੀ ਦਰਸ਼ਨ ਦੇ ਦੇ ਸਿੱਖ ਉਧਰੈ ਉਧਰੈ ਜੋ ਦਰਸ਼ਨ ਦੇ ਦੇ ਕਰਕੇ ਸਿੱਖਾਂ ਸੇਵਕਾਂ ਦਾ ਭਲਾ ਕਰਦੇ ਗੁਰਤਾ ਉਚਿਤ ਜੇ ਗੁਣ ਹੈ ਸਾਰੇ ਤੇ ਜਿਹੜੇ ਇਸ ਤਰ੍ਹਾਂ ਜੋ ਸੋਭਾ ਕਰ ਰਿਹਾ ਹੈ ਬਾਬੇ ਧੀਰਮਲ ਦਾ ਮਸੰਦ ਬਾਬਾ ਗੁਰਦਿੱਤਾ ਜੀ ਦੀ ਵਡਿਆਈ ਦੱਸ ਰਿਹਾ ਹੈ ਕੇ ਜਿਹੜੇ ਗੁਰਿਆਈ ਗੱਦੀ ਪ੍ਰਾਪਤ ਕਰਨ ਦੇ ਸ਼ੁਭ ਗੁਣ ਸੰਨ ਇਹ ਸਭ ਬਾਬਾ ਗੁਰੂ ਦਿੱਤਾ ਜੀ ਦੇ ਵਿੱਚ ਸਨ ਸਭ ਪਈਤ ਜਿਨ ਕੇ ਰਮਜਾਰੇ ਤੇ ਜਿਨ੍ਹਾਂ ਦੇ ਵਿੱਚ ਸਾਰੇ ਸ਼ੁਭ ਗੁਣ ਮੌਜੂਦ ਸਨ ਸਿਖ ਇਸ ਮੂਹ ਦਸਰਬੇ ਸਿਖ ਇਸ ਮੂਹ ਦਰਸਬੇ ਆਵੈ ਤੇ ਇਸ ਬਹੁਤ ਸਾਰੇ ਸਿੱਖ ਬਾਬਾ ਗੁਰੂ ਦਿੱਤਾ ਜੀ ਦੇ ਦਰਸ਼ਨ ਕਰਨ ਆਉਂਦੇ ਸਨ ਕਰਹਿ ਕਾਮਨਾ ਬਾਂਛਤ ਪਾਵੈ ਜੋ ਵੀ ਆਪਣੇ ਮਨ ਵਿੱਚ ਸ਼ੁਭ ਕਾਵਨਾ ਕਾਮਨਾ ਕਰਦੇ ਤਾਂ ਉਹਨਾਂ ਦੀ ਮਨ ਇਛਤ ਸ਼ੁਭ ਕਾਮਨਾ ਪੂਰੀ ਹੋ ਜਾਂਦੀ ਸਭ ਹਨ ਬਖੇ ਭਏ ਸਭ ਲਾਇਕ ਇਹ ਸਭਨਾ ਵਿੱਚ ਜਾਣੇ ਗਏ ਕਿ ਬਾਬਾ ਗੁਰੂ ਦਿੱਤਾ ਜੀ ਸਭ ਤਰ੍ਹਾਂ ਕਰਕੇ ਗੁਰਿਆਈ ਦੀ ਵਿਡਿਆਈ ਪ੍ਰਾਪਤ ਕਰਨ ਲਈ ਯੋਗ ਹਨ ਮਸਤਕ ਦੀਪਤ ਜੋਤ ਸੁਭਾਏਕ ਤੇ ਜਿਨ੍ਹਾਂ ਦੇ ਮੁਖ ਮਸਤਕ ਤੇ ਭਗਤੀ ਦਾ ਤੇਜ ਪ੍ਰਤਾਪ ਭਗਤੀ ਪਰਮੇਸ਼ਰ ਦੀ ਬੰਦਗੀ ਵਾਲਾ ਜਿਹੜਾ ਪ੍ਰਤਾਪ ਹੈ ਜਲਾਲ ਚਿਹਰੇ ਤੇ ਉਹ ਪ੍ਰਗਟ ਹੁੰਦਾ ਸੀ ਇੱਕ ਦਿਨ ਵਿਚਰਤ ਕਰਤ ਅਖੇਰਾ ਇਹ ਇੱਕ ਦਿਨ ਦੀ ਗੱਲ ਹੈ ਕਿ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਬਹਾਨੇ ਬਾਹਰ ਵਿਚਰਦੇ ਰਹੇ ਤੈਨੂੰ ਮਰੀ ਪਈ ਕਹੋ ਹੈਰਾ ਉਸ ਵੇਲੇ ਇੱਕ ਜੋ ਮਰੀ ਪਈ ਹੋਈ ਗਊ ਨੂੰ ਵੇਖਿਆ ਮੁਤੀ ਸਬਤ ਸ਼ਾ ਸੁੰਦਰ ਕਣੀ ਮੁਤੀ ਸਬਤ ਸ਼ਾ ਪਾਵ ਕੇ ਆਪਣੇ ਬਛੜੇ ਦੇ ਸਹਿਤ ਸੀ ਜੋ ਤੇ ਉਸ ਨੂੰ ਜਦੋਂ ਵੇਖਿਆ ਜਿਵੇਂ ਕਿ ਬਾਬਾ ਗੁਰੂ ਦਿੱਤਾ ਜੀ ਉਸ ਵੇਲੇ ਆਪਣੇ ਸੂਰਮਿਆਂ ਦੇ ਸਮੇਤ ਜੰਗਲ ਵਿੱਚ ਵਿਚਰ ਰਹੇ ਸਨ ਤੇ ਇੱਕ ਸੂਰਮੇ ਸਿਪਾਹੀ ਨੇ ਕਿਤੇੋਂ ਵੇਖਿਆ ਨਾ ਦੂਰੋਂ ਪਤਾ ਨ ਲੱਗਾ ਉਸ ਨੇ ਸਮਝਿਆ ਕਿ ਹੋਰ ਕੋਈ ਪਾੜਾ ਜਾਨਵਰ ਆਦਿਕ ਹੈ ਦੂਰੋਂ ਤੀਰ ਮਾਰਿਆ ਪਹਾੜੀਆਂ ਦੀ ਗਊ ਉੱਥੇ ਚੁਗ ਰਹੀ ਸੀ ਚਰ ਰਹੀ ਸੀ ਉਸ ਨੂੰ ਜਾ ਕੇ ਤੀਰ ਵੱਜਿਆ ਨੇੜੇ ਜਾ ਕੇ ਵੇਖਿਆ ਤਾਂ ਗਊ ਮਰੀ ਪਈ ਹੋਈ ਦਿਸੀ ਆ ਬੜਾ ਹੈਰਾਨ ਹੋਇਆ ਪਛਤਾਵਾ ਕੀਤਾ ਪਰ ਜਿਹੜੇ ਉਸ ਵੇਲੇ ਚਰਵਾਹੇ ਸਨ ਉਹਨਾਂ ਨੂੰ ਪਤਾ ਲੱਗਿਆ ਉਹ ਆ ਗਏ ਪਹਾੜੀਏ ਬਹੁਤ ਸਾਰੇ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਕੱਠੇ ਹੋ ਕੇ ਉਸ ਸਿੱਖ ਸੂਰਮੇ ਨੂੰ ਪਕੜ ਲਿਆ ਕਹਿਣ ਲੱਗੇ ਕਿ ਇਹ ਗਊ ਕਿਉਂ ਇੱਥੇ ਮਾਰ ਦਿੱਤੀ ਹੈ ਉਸਨੇ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਗੁਰੂ ਕੇ ਸਾਹਿਬ ਜادہ ਨੇ ਉਹਨਾਂ ਦੇ ਨਾਲ ਮੈਂ ਆਇਆ ਹਾਂ ਇਸ ਤਰ੍ਹਾਂ ਸਿੱਖ ਨੂੰ ਉੱਥੇ ਹੀ ਰੋਕ ਕੇ ਉਹਨਾਂ ਨੇ ਰੱਖਿਆ ਕਹਿਣ ਲੱਗੇ ਕਿ ਜਦੋਂ ਆਉਣਗੇ ਗੁਰੂ ਕੇ ਸਾਹਿਬ ਜادہ ਤਾਂ ਅਸੀਂ ਉਸ ਉਹਨਾਂ ਨੂੰ ਅਡੀਕਦੇ ਹਾਂ ਵਿਚਰਦੇ ਹੋਏ ਬਾਬਾ ਗੁਰਦਿੱਤਾ ਜੀ ਜਿਸ ਵੇਲੇ ਆਏ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਮਰੀ ਹੋਈ ਗਊ ਨੂੰ ਜ਼ਿੰਦਾ ਕਰ ਦਿਓ ਤੁਸੀਂ ਤਾਂ ਸਮਰੱਥ ਹੋ ਸ਼ਕਤੀवान ਹੋ ਗੁਰੂ ਕੇ ਸੁਪੁੱਤਰ ਹੋ ਬਾਬਾ ਜੀ ਨੇ ਮਥੇਰਾ ਉਹਨਾਂ ਨੂੰ ਸਮਝਾਇਆ ਕਿ ਇਹ ਤਾਂ ਹੁਣ ਮਰ ਚੁੱਕੀ ਐ ਚਲੋ ਇਸ ਬਦਲੇ ਤੁਹਾਨੂੰ ਹੋਰ ਧਨ ਦੇ ਦਿੰਦੇ ਹਾਂ ਗਊ ਵੀ ਦੇ ਦਿੰਦੇ ਹਾਂ ਕਹਿਣ ਲੱਗੇ ਜਿੱਦ ਕੀਤੀ ਐ ਬਹੁਤ ਸੁੰਦਰ ਗਊ ਸੀ ਸਾਡੀ ਇਹੋ ਹੀ ਜਿੰਮਦਾਈ ਹੋਣੀ ਚਾਹੀਦੀ ਐ ਅਸੀਂ ਬਹੁਤ ਵੱਡਾ ਪਾਪ ਸਮਝਦੇ ਆ ਤਾਂ ਬਾਬਾ ਗੁਰਦਿੱਤਾ ਜੀ ਨੇ ਫਿਰ ਉਸ ਵੇਲੇ ਸੇਵਕ ਨੂੰ ਬਚਨ ਕੀਤਾ ਦੇਖਤ ਕਰ ਦੇਖਤ ਦ੍ਰਿਸ਼ਟ ਕ੍ਰਿਪਾ ਸੋ ਸਨੀ ਤੇ ਜਿਸ ਵੇਲੇ ਉਸ ਮਰੀ ਹੋਈ ਗਊ ਨੂੰ ਜਿਉਂਦਿਆਂ ਕਰਨ ਵਾਸਤੇ ਵੇਖਿਆ ਕਿਰਪਾ ਸਹਿਤ ਨਿਜ ਅਨੁਚਰ ਸੋ ਗਿਰਾ ਉਚਾਰੀ ਤੇ ਆਪਣੇ ਅਨੁਸਾਰ ਚੱਲਣ ਵਾਲੇ ਦਾਸ ਸੇਵਕ ਨੂੰ ਫਿਰ ਬਚਨ ਆਖਿਆ ਬਾਬਾ ਗੁਰਦਿੱਤਾ ਜੀ ਨੇ ਉਸ ਵੇਲੇ ਵਾਹਿਗੁਰੂ ਕਹਿ ਸ਼ਿਰ ਕਹੋ ਬਾਰੀ ਆਖਿਆ ਭਾਈ ਸਿਖਾ ਇਸ ਤਰ੍ਹਾਂ ਕਰਕੇ ਆਪਣੇ ਮੁਖ ਤੋਂ ਵਾਹਿਗੁਰੂ ਮੰਤਰ ਉਚਾਰਨ ਕਰਨਾ ਤੂੰ ਗੁਰਮントਰ ਵਿੱਚ ਇਹ ਸ਼ਕਤੀ ਹੈ ਇੱਥੇ ਹੁਣ ਗੁਰਮੰਤਰ ਵਾਹਿਗੁਰੂ ਦੀ ਸ਼ਕਤੀ ਜੋ ਹੈ ਪ੍ਰਗਟ ਹੀ ਜਾਣੀ ਜਾਵੇਗੀ ਮੁਖ ਤੋਂ ਤੂੰ ਵਾਹਿਗੁਰੂ ਨਾਮ ਗੁਰਮੰਤਰ ਉਚਾਰਨ ਕਰੀ ਤੇ ਨਾਲ ਹੀ ਫਿਰ ਉਪਰੰਤ ਜੋ ਜਲ ਹੈ ਇਸ ਮਰੀਹ ਗਊ ਦੇ ਉੱਤੇ ਛਿੜਕ ਦੇ ਅਲਪ ਸਬਤਸ਼ਾ ਦੇਹੋ ਜਿਵਾਏ ਇਹ ਜਿਸ ਦਾ ਇਹ ਬਛੜਾ ਛੋਟਾ ਜਿਹਾ ਹੈ ਉਹ ਜੋ ਇਸ ਤੋਂ ਬਿਨਾ ਹੀ ਨਹੀਂ ਤਾਂ ਰਹੇਗਾ ਇਸ ਨੂੰ ਜਿੰਦਾ ਕਰ ਦੇ ਸੁਨ ਸੇਵਕ ਕੀਨਸ ਤਿਸ ਭਾਏ ਤੇ ਐਸੀ ਆਗਿਆ ਜਦੋਂ ਬਾਬਾ ਗੁਰਦਤਾ ਜੀ ਨੇ ਕੀਤੀ ਜਿਵੇਂ ਸੇਵਕ ਨੂੰ ਕਿਹਾ ਸੀ ਉਸੇ ਤਰ੍ਹਾਂ ਹੀ ਸੇਵਕ ਨੇ ਕੀਤਾ ਬੋਲਤ ਉਠੀ ਧੀਨ ਤਤਕਾਲਾ ਮੁਖ ਤੋਂ ਵਾਹਿਗੁਰੂ ਨਾਮ ਬੋਲਿਆ ਤੇ ਜਲ ਮਰੀ ਹੋਈ ਗਊ ਤੇ ਛਿੜਕਾ ਦਿੱਤਾ ਤਾਂ ਉਸੇ ਵੇਲੇ ਆਪਣੇ ਮੂੰਹ ਤੋਂ ਆਪਣੀ ਜੋ ਪਸ਼ੂਆਂ ਵਾਲੀ ਆਵਾਜ਼ ਕਰਦੀ ਹੋਈ ਉਸ ਵੇਲੇ ਗਊ ਜਿੰਦਾ ਹੋ ਕੇ ਉੱਠ ਗਈ ਧੰਨ ਧੰਨ ਸਭ ਕਹ ਤਿਸ ਕਾਲਾ ਤੇ ਉਸ ਵੇਲੇ ਸਭ ਜਿਹੜੇ ਬੇਨਤੀਆਂ ਕਰਨ ਵਾਲੇ ਪਹਾੜੀਏ ਸਨ ਉਹ ਵੀ ਬਾਬਾ ਗੁਰਦਤਾ ਜੀ ਨੂੰ ਧੰਨ ਧੰਨ ਆਖਣ ਲੱਗ ਪਏ ਕਿ ਧੰਨ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਨੇ ਗੁਰੂ ਕੇ ਸਾਹਿਬ ਜਾਦਾ ਸਮਰੱਥ ਹਨ ਜੋ ਹਰ ਗੋਬਿੰਦ ਗੁਰੂ ਸੁਣ ਬਾਤ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਸੇਵਕਾਂ ਨੇ ਜਦੋਂ ਇਹ ਗੱਲ ਦੱਸੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਦੀ ਬਹੁਤ ਮਹਿਮਾ ਹੋ ਰਹੀ ਹੈ ਤਾਂ ਸਤਗੁਰੂ ਮਹਾਰਾਜ ਸਾਹਿਬ ਨੇ ਸੁਣ ਕੇ ਕੀਨਿਸ ਨਿਕਟ ਹਕਾਰਨ ਤਾਤ ਤੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਕੋਲ ਸੱਦਿਆ ਕਹਿਓ ਤੁਮਹੈ ਇਹ ਰੀਤ ਨਾ ਆਚੀ ਬਚਨ ਆਖਿਆ ਕਿ ਪੁੱਤਰ ਤੇਰੇ ਵਾਸਤੇ ਇਹ ਰੀਤ ਕਰਨੀ ਜੋ ਹੈ ਨਾ ਕਰਾਮਾਤ ਸ਼ਕਤੀ ਦਿਖਾ ਕੇ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਚੰਗੀ ਨਹੀਂ ਹੈ ਵਰਜਿਓ ਹ ਤੋ ਸਿਮਰ ਗਤ ਪਾਚੀ ਤੂੰ ਆਪਣਾ ਪਿਛਲਾ ਸਮਾਂ ਚੇਤੇ ਕਰ ਜਦੋਂ ਤੂੰ ਕਿਸੇ ਮ੍ਰਿਤਕ ਨੂੰ ਜ਼ਿੰਦਾ ਕੀਤਾ ਸੀ ਉਸ ਵੇਲੇ ਹੀ ਤੈਨੂੰ ਅਸੀਂ ਅਗਾਂਵਾਸਤੇ ਵਰਜ ਦਿੱਤਾ ਸੀ ਪਰ ਤੂੰ ਵਰਜਿਆ ਕਿਉਂ ਨਹੀਂ ਰਿਹਾ ਇਹ ਰਹਿ ਬੇਕੀ ਰੀਤ ਨ ਤੋਹੀ ਤੇ ਇਹ ਰਹਿਣ ਵਾਲੀ ਗੱਲ ਨਹੀਂ ਹੈ ਤੇਰੀ ਸੰਸਾਰ ਵਿੱਚ ਹੁਣ ਜਨਮ ਮਰਨ ਜੱਗ ਕੋ ਨਿਤ ਹੋਹੀ ਤੇ ਇਸ ਤਰ੍ਹਾਂ ਜੇ ਤੂੰ ਕਰਦਾ ਰਹੇਗਾ ਤਾਂ ਇਸ ਤਰ੍ਹਾਂ ਕਰਦੇ ਰਹਿਣ ਦੀ ਰੀਤ ਜੋ ਹੈ ਚੰਗੀ ਨਹੀਂ ਹੈ ਕਿਉਂਕਿ ਜਨਮ ਵੀ ਮਨੁੱਖਾਂ ਦੇ ਹੁੰਦੇ ਆ ਔਰ ਮਨੁੱਖ ਆਪੋ ਆਪਣੀ ਉਮਰ ਭੋਗ ਕੇ ਮਰਦੇ ਵੀ ਹਨ ਅਤੇ ਹੋਰ ਵੀ ਜੀਵ ਜੰਤ ਜਿਹੜੇ ਐ ਉਹ ਵੀ ਜੰਮਦੇ ਤੇ ਮਰਦੇ ਰਹਿੰਦੇ ਹਨ ਤੁਮਨੇ ਸਕਲ ਥਾਨ ਇਮ ਕਰਨੀ ਤੇ ਇਸ ਤਰ੍ਹਾਂ ਜੇਕਰ ਤੁਸੀਂ ਸਾਰੇ ਥਾਵਾਂ ਤੇ ਕਰਨਾ ਹੈ ਪਰਮੇਸ਼ਰ ਦੀ ਅੱਗੇ ਸ਼ੁਭ ਨਹੀਂ ਬਰਨੀ ਤਾਂ ਪਰਮੇਸ਼ਰ ਵੱਲੋਂ ਇਹ ਸ਼ੁਭ ਕਰਨੀ ਨਹੀਂ ਕਹੀ ਜਾਂਦੀ ਗੁਰੂ ਪਿਤਾ ਤੇ ਸੁਣ ਕਰ ਚਾਲੇ ਇਸ ਤਰ੍ਹਾਂ ਜਦੋਂ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਤੇ ਬਾਬਾ ਗੁਰਦਤਾ ਜੀ ਇਹ ਬਚਨ ਸੁਣ ਕੇ ਤੁਰ ਪਏ ਉਥੋਂ ਮਿਲੇ ਨਾ ਬੋਲਨ ਕੀ ਕਿਸ ਨਾਲੇ ਗੁਰੂ ਕੇ ਬਚਨ ਹਿਰਦੇ ਵਿੱਚ ਵਸਾਲੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਚਾਹੁੰਦੇ ਹਨ ਕਿਉਂਕਿ ਸਤਿਗੁਰਾਂ ਨੇ ਆਖਿਆ ਕੇ ਇਸ ਤਰ੍ਹਾਂ ਸੁਪੁੱਤਰ ਜੀ ਜੇਕਰ ਤੁਸੀਂ ਰਹਿਣਾ ਤਾਂ ਤੁਸੀਂ ਰਹੋ ਤੇ ਜਾਂ ਫਿਰ ਅਸੀਂ ਰ੍ਹਾਂਗੇ ਜਾਂ ਤੁਸੀਂ ਰਹੋਗੇ ਜਾਂ ਅਸੀਂ ਨਹੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਤੇ ਤੁਸੀਂ ਸੰਸਾਰ ਦੇ ਵਿੱਚ ਰਹਿਣਾ ਕਰੋ ਤੇ ਜੇ ਤੁਸੀਂ ਜੋ ਅਸੀਂ ਰਹਿਣਾ ਹੈ ਤਾਂ ਤੁਸੀਂ ਫਿਰ ਆਪਣੇ ਚਿੱਤ ਵਿੱਚ ਆਪੇ ਵਿਚਾਰ ਕਰ ਲੋ ਏ ਜਦੋਂ ਬਚਨ ਕੀਤੇ ਹਨ ਤਾਂ ਉਸੇ ਵੇਲੇ ਬਿਨਾਂ ਕਿਸੇ ਨਾਲ ਮਿਲੇ ਹੋਏ ਔਰ ਕਿਸੇ ਨੂੰ ਦੱਸਣ ਤੋਂ ਬਗੈਰ ਬਾਬਾ ਗੁਰਦਿੱਤਾ ਜੀ ਉੱਥੋਂ ਚੱਲ ਪਏ ਤਜਿਓ ਸ਼ਰੀਰ ਹੋਏ ਏਕਾਂਤ ਤੇ ਇਕਾਂਤ ਵਿੱਚ ਹੋ ਕੇ ਜਿੱਥੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਉੱਚੀ ਪਹਾੜੀ ਦੇ ਉੱਪਰ ਬਾਬਾ ਗੁਰਦਿੱਤਾ ਜੀ ਦਾ ਸਾਧ ਸੰਗਤ ਅਸਥਾਨ ਬਣਿਆ ਹੋਇਆ ਹੈ ਉਸ ਅਸਥਾਨ ਤੇ ਜਾ ਕੇ ਇਕਾਂਤ ਵਿੱਚ ਹੋ ਕੇ ਆਪਣਾ ਪਵਨ ਸ਼ਰੀਰ ਛੱਡ ਦਿੱਤਾ ਸਤਗੁਰ ਪਿਤ ਕੀ ਮਾਨੀ ਬਾਤ ਪਿਤਾ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨ ਮੰਨ ਲਏ ਅਬ ਲੋ ਤਿੰਨ ਕੋ ਜੋ ਇਸ ਥਾਨ ਤੇ ਇਸ ਤਰ੍ਹਾਂ ਧੀਰਮਲ ਦੀ ਵਡਿਆਈ ਕਰਾਉਣ ਵਾਸਤੇ ਉਹਨਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਦੀ ਵਡਿਆਈ ਦੱਸਦਾ ਹੋਇਆ ਧੀਰਮਲ ਜੀ ਦਾ ਜਿਹੜਾ ਮਸੰਦ ਹੈ ਉਹ ਕਹਿੰਦਾ ਹੈ ਕਿ ਹੁਣ ਤੱਕ ਵੀ ਬਾਬਾ ਗੁਰਦਿੱਤਾ ਜੀ ਦੇ ਇਸ ਥਾਨ ਤੇ ਰਹੇ ਅਰਾਧਨ ਬਾਛਾਂ ਠਾਨ ਤੇ ਜੇ ਉਹ ਵੀ ਕੋਈ ਇੱਛਾ ਕਰਕੇ ਉੱਥੇ ਜਾ ਕੇ ਅਰਦਾਸ ਕਰਦਾ ਹੈ ਉਸ ਦੀ ਅਰਦਾਸ ਪੂਰੀ ਹੁੰਦੀ ਹੈ ਕਰਹੀ ਪੂਰਨ ਸੋ ਤਤਕਾਲ ਤੇ ਉਹ ਆਸਾ ਉਸ ਦੀ ਮਰਜ਼ ਜੋ ਹੈ ਉਸ ਸਥਾਨ ਤੇ ਜਿੱਥੇ ਬਾਬਾ ਗੁਰਦਤਾ ਜੀ ਨੇ ਆਪਣਾ ਸਰੀਰ ਛੱਡਿਆ ਸੀ ਉਹ ਸਥਾਨ ਬਣਿਆ ਹੋਇਆ ਹੈ ਜੋ ਵੀ ਅਰਦਾਸ ਕਰਦਾ ਉਸ ਦੀ ਅਰਦਾਸ ਪੂਰੀ ਹੁੰਦੀ ਹੈ ਮ ਗੁਰਦਿੱਤਾ ਪਉ ਵਿਸਾਲਾ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਮਹਾਨ ਵਡਿਆਈ ਵਾਲੇ ਹੋਏ ਹਨ ਤੇ ਨਿਤ ਸੁੱਤ ਉਪਜੇ ਸ਼ੁਭ ਦੋਏ ਤੇ ਇਸ ਤਰ੍ਹਾਂ ਅੱਗੇ ਵਡਿਆਈ ਉਹ ਮਸੰਦ ਦੱਸਦਾ ਏ ਪਹਿਲਾਂ ਤਾਂ ਜੋ ਵਡਿਆਈ ਹੈ ਗੁਰੂ ਮਹਾਰਾਜ ਸਾਹਿਬ ਜੀ ਦੀ ਤੇ ਗੁਰੂ ਕੇ ਸਾਹਿਬ ਜاده ਦੀ ਉਹ ਤਾਂ ਸੱਚੀ ਹੀ ਵਡਿਆਈ ਹੈ ਨਾਲ ਜੋ ਇਹ ਆਖੀ ਹੈ ਜਣਾਉਣ ਵਾਸਤੇ ਆਪਣੀ ਵੱਲੋਂ ਉਸਨੇ ਧੀਰਮਲ ਜੀ ਦੀ ਉਪਮਾ ਵਧਾਉਣ ਵਾਸਤੇ ਕਹੀ ਫਿਰ ਇਸ ਪ੍ਰਕਾਰ ਕਹਿੰਦੇ ਹਨ ਕਿ ਜੋ ਬਾਬਾ ਗੁਰੂ ਦਿੱਤਾ ਜਿਹਦੇ ਦੋਸ ਪੁੱਤਰ ਹੋਏ ਹਨ ਅੱਗੇ ਘੁਰ ਹਰ ਰਾਏ ਧੀਰਮਲ ਸੋਏ ਤੇ ਛੋਟੇ ਉਮਰਾ ਵਿੱਚ ਜੋ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਹੋਏ ਔਰ ਉਮਰ ਕਰਕੇ ਵਡੇਰੇ ਧੀਰਮਲ ਜੀ ਹੋਏ ਹਨ ਸ੍ਰੀ ਗੁਰੂ ਹਰगोविंद ਵਿਚਾਰੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਿੱਤ ਵਿੱਚ ਵਿਚਾਰਿਆ ਸੀ ਇੰਨਾ ਬਾਬਤ ਗੁਰਤਾ ਦਈ ਨਾ ਪੁੱਤਰਨ ਚਾਰੀ ਤੇ ਵਿਚਾਰ ਕਰਕੇ ਉਹਨਾਂ ਨੇ ਆਪਣੇ ਚੌਹਾਂ ਪੁੱਤਰਾਂ ਨੂੰ ਜਿਹੜੇ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਨੇ ਗੁਰਿਆਈ ਨਹੀਂ ਬਖਸ਼ਿਸ਼ ਕੀਤੀ ਲਾਇਕ ਸੁਤਕੇ ਪੁੱਤਰ ਵਿਚਾਰੇ ਤੇ ਜੋ ਆਪਣੇ ਸੁਪੁੱਤਰ ਬਾਬਾ ਗੁਰੂ ਦਿੱਤਾ ਜੀ ਦੇ ਪੁੱਤਰਾਂ ਨੂੰ ਉਹਨਾਂ ਨੇ ਜੋਗ ਵਿਚਾਰਿਆ ਹਰੀ ਰਾਏ ਨਿਜ ਥਲ ਬੈਠਾਰੇ ਤੇ ਇਸੇ ਕਰਕੇ ਹੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਉਹਨਾਂ ਨੇ ਆਪਣੇ ਗੁਰਤਾ ਗੱਦੀ ਦੇ ਅਸਥਾਨ ਤੇ ਬਿਠਾਇਆ ਪੋਤਰ ਪ੍ਰਬੀਨ ਸકલ ਗੁਣ ਭਾਰੀ ਇਹ ਸਾਰੇ ਗੁਣਾਂ ਦੇ ਵਿੱਚ ਪੂਰਨ ਭਾਰੀ ਜਾਣੇ ਆਪਣੇ ਪੋਤਰੇ ਸ੍ਰੀ ਗੁਰੂ ਹਰ ਹਰगोबिंद ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਲਖਨਿਜ ਆਇਸ ਕੇ ਅਨਸਾਰੀ ਤੇ ਜਾਣਿਆ ਕਿ ਸਾਡੇ ਜੋ ਪੋਤਰਾ ਸ੍ਰੀ ਗੁਰੂ ਹਰ राय ਸਾਹਿਬ ਹਨ ਇਹ ਬਹੁਤ ਹੀ ਸ਼ੁਭ ਗੁਣਾਂ ਦੇ ਸਹਿਤ ਹਨ ਔਰ ਆਗਿਆ ਵਿੱਚ ਚੱਲਣ ਵਾਲੇ ਨੇ ਸ੍ਰੀ ਗੁਰੂ ਹਰगोविंद ਦਿਨ ਏਕ ਤੇ ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਬਾਗ ਮਹਿ ਸਹਿਤ ਬਿਬੇਕ ਗਿਆਨ ਦਾਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਵਕ ਬਾਗ ਦੀ ਸੈਰ ਕਰਨ ਵਾਸਤੇ ਕੀਰਤਪੁਰ ਸਾਹਿਬ ਵਿਖੇ ਗਏ ਜਦੋਂ ਕਰਤ ਸੈਲ ਫੁੱਲਾਂ ਕੀ ਜਾਤੇ ਤੇ ਫੁੱਲਾਂ ਦੇ ਬਗੀਚੇ ਦੀ ਸੈਲ ਕਰਦੇ ਕਰਦੇ ਜਾ ਰਹੇ ਸਨ ਖਰੇ ਅਨੇਕ ਰੰਗ ਦਰਸਾਤੇ ਤੇ ਅਨੇਕ ਰੰਗਾਂ ਦੇ ਫੁੱਲ ਖਿੜੇ ਹੋਏ ਵੇਖਦੇ ਜਾ ਰਹੇ ਸੀ ਸਤਿਗੁਰੂ ਜੀ ਉਪਬਨ ਵਿਖੇ ਬਿਰਾਜੇ ਜਾਏ ਤੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬਾਗ ਦੇ ਵਿੱਚ ਦੀ ਰਸਤਿਆਂ ਰਾਹੀਂ ਲੰਘਦੇ ਹੋਏ ਅੱਗੇ ਜਾ ਕੇ ਕੁਝ ਸਮਾਂ ਇੱਕ ਥਾਂਤ ਸੁੰਦਰ ਜਗ੍ਹਾ ਤੇ ਮਹਾਰਾਜ ਸਚੇ ਪਾਤਸ਼ਾਹ ਬੈਠ ਗਏ ਸੰਤ ਪਿਤਾ ਮੇਂ ਸ਼੍ਰੀ ਹਰਦਾਇ ਤੇ ਜੋ ਸੰਤ ਸਰੂਪ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਸਚੇ ਪਾਤਸ਼ਾਹ ਆਪਣੇ ਪਿਤਾਮਾ ਦਾਦਾ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪਿੱਛੇ-ਪਿੱਛੇ ਜਾ ਰਹੇ ਸਨ ਗਏ ਤਹਾਂ ਕੋ ਕੁਛ ਕ ਪਿਛਾਰੀ ਤੇ ਕੁਛ ਕੋ ਵਿਥ ਤੇ ਸਤਿਗੁਰੂ ਸਾਹਿਬ ਜੀ ਦੇ ਮਗਰ ਜਾਣ ਦਾ ਯਤਨ ਕੀਤਾ ਸੇਵਕ ਕਿਥ ਕ ਸਿਖੇ ਸੰਗਾਰੀ ਤੇ ਕਿੰਨੇ ਹੀ ਸਿੱਖ ਸੇਵਕ ਇਹਨਾਂ ਦੇ ਨਾਲ ਸਨ ਗਰ ਮਹ ਜਾਮਾ ਜਿਹੇ ਸੌ ਪਾਲੇ ਤੇ ਸੌ ਪੱਲਿਆਂ ਵਾਲਾ ਗਲੇ ਵਿੱਚ ਚੋਲਾ ਪਹਿਨਿਆ ਹੋਇਆ ਸੀ ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਵੇਲੇ ਸੂਖਮ ਬਸਤਰ ਅਸ਼ੋਬਤ ਜਬ ਚਾਲੇ ਤੇ ਸੂਖਮ ਬਸਤਰ ਦਾ ਬਣਿਆ ਹੋਇਆ ਉਹ ਸੁੰਦਰ ਜਾਮਾ ਚੋਲਾ ਸੀ ਤੇ ਜਦੋਂ ਸੌ ਪੱਲਿਆਂ ਵਾਲਾ ਚੋਲਾ ਪਹਿਨ ਕੇ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਸਨ ਤਾਂ ਇਵੇਂ ਬਹੁਤ ਹੀ ਉਹ ਹਿਲਦਾ ਸੂਖਮ ਬਸਤਰ ਦਾ ਬਣਿਆ ਹੋਇਆ ਬਹੁਤ ਸੋਹਬਦਾ ਪਹਿਨਿਆ ਹੋਇਆ ਮਗ ਕੇ ਨਿਕਟ ਕੁਸਮ ਇੱਕ ਖਰੋ ਤੇ ਰਸਤੇ ਵਿੱਚ ਇੱਕ ਖੁੱਲਦੇ ਬੂਟੇ ਦੇ ਨਾਲ ਬੜਾ ਸੁੰਦਰ ਫੁੱਲ ਲੱਗਿਆ ਹੋਇਆ ਸੀ ਸੁੰਦਰ ਰੰਗ ਪੋਰ ਕੋ ਖਿਰੋ ਤੇ ਜੋ ਸਵੇਰ ਦਾ ਖਿੜਿਆ ਹੋਇਆ ਸੋਹਣੇ ਰੰਗ ਵਾਲਾ ਬਹੁਤ ਹੀ ਖੜਾਓ ਦੇ ਸਮੇਤ ਸੀ ਫੁੱਲ ਜਾਮੇ ਸੰਗ اٹਕ ਸੋ ਟੂਟਾ ਸਾਹਿਬ ਸ੍ਰੀ ਹਰ ਰਾਏ ਸਾਹਿਬ ਜੀ ਜਿਸ ਵੇਲੇ ਬਾਗ ਦੇ ਵਿੱਚਲੇ ਰਹਿ ਰਹੀ ਲੰਘ ਰਹੇ ਨੇ ਤਾਂ ਸੌ ਪੱਲਿਆਂ ਵਾਲਾ ਚੋਲਾ ਜੋ ਹਵਾ ਦੇ ਨਾਲ ਜੋ ਹਿੱਲ ਕੇ ਫੁੱਲ ਨੂੰ ਲੱਗਿਆ ਹੈ ਤਾਂ ਉਹ ਫੁੱਲ ਉਸੇ ਵੇਲੇ ਹੀ ਟੁੱਟ ਕੇ ਡਿੱਗ ਪਿਆ ਬਿਨਾ ਕੁਸਮ ਤੇ ਰਹੇ ਉਹ ਸੋ ਬੂਟਾ ਤੇ ਉਹ ਬੂਟਾ ਫੁੱਲ ਤੋਂ ਬਿਨਾ ਹੋ ਕੇ ਰਹਾ ਫਿਰ ਮਿਲੇ ਪਿਤਾਮੇ ਸੋ ਪੁਣ ਆਏ ਤੇ ਫਿਰ ਆਣ ਕੇ ਆਪਣੇ ਪਿਤਾਮਾ ਦਾਦਾ ਸਤਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਿਲ ਪਏ ਟੁੱਟ ਗयो ਸੋ ਮਨਸ ਜਿਸ ਥਾਏ ਸੁਮਨਸ ਜਿਹੜਾ ਕਿ ਫੁੱਲ ਜਿੱਥੇ ਕਿ ਟੁੱਟਿਆ ਪਿਆਏ ਤੇ ਉਥੇ ਹੀ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਗ ਦੇ ਵਿੱਚੋਂ ਉੱਠ ਕੇ ਜਦੋਂ ਉਸ ਰਸਤੇ ਦੇ ਨੇੜੇੋਂ ਦੀ ਫਿਰ ਉਸ ਫੁੱਲ ਦੇ ਬੂਟੇ ਲਾਗੋਂ ਦੀ ਲੰਘੇ ਹਲ ਸ੍ਰੀ ਗੁਰੂ ਹਰਗੋਬਿੰਦ ਨਿਹਾਰਾ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਟੁੱਟਿਆ ਹੋਇਆ ਫੁੱਲ ਏ ਠੰਡ ਗਿਆ ਵੇਖਿਆ ਸਭ ਹਿੰਸੋਂ ਇਮ ਬਾਖ ਉਚਾਰਾ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਸਤਿਗੁਰੂ ਜੀ ਨੇ ਐਵੇਂ ਕਿਹਾ ਹੈ ਫਿਰ ਇਹ ਹਾ ਹੋ ਤੋ ਇੱਕ ਫੂਲ ਵਿਸਾਲਾ ਕਿ ਜਦੋਂ ਅਸੀਂ ਜਾ ਰਹੇ ਸੀ ਤੇ ਇਥੇ ਇੱਕ ਇਸ ਬੂਟੇ ਦੇ ਨਾਲ ਇਹ ਫੁੱਲ ਜਿਹੜਾ ਲੱਗਿਆ ਹੋਇਆ ਬੜਾ ਸੋਹਬ ਰਿਹਾ ਸੀ ਕਿਸ ਨੇ ਤੋੜ ਲੀਨ ਇਸ ਕਾਲਾ ਤੇ ਇਸ ਸਮੇਂ ਕਿਸ ਨੇ ਇਸ ਫੁੱਲ ਨੂੰ ਤੋੜ ਸੁਟਿਆ ਦਾਸਨ ਭਨਿਓ ਬੰਦ ਜੁਗ ਹਾਥਾ ਤੇ ਜਿਹੜੇ ਦਾਸ ਸੇਵਕ ਉਸ ਵੇਲੇ ਸਾਹਿਬ ਗੁਰੂ ਹਰ ਰਾਜ ਸਾਹਿਬ ਜੀ ਦੇ ਨਾਲ ਤੁਰੇ ਤੁਰੇ ਜਾ ਰਹੇ ਸਨ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਮਹਾਰਾਜ ਜੀ ਨੂੰ ਦੱਸਿਆ ਹੈ ਸ਼੍ਰੀ ਹਰ ਰਾਏ ਬਸਤਰ ਕੇ ਸਾਥਾ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਿਆਰੇ ਪੁੱਤਰੇ ਸ਼੍ਰੀ ਹਰ ਰਾਏ ਸਾਹਿਬ ਜੀ ਦੇ ਬਸਤਰ ਚੋਲੇ ਦੇ ਨਾਲ ਅੜ ਕੇ ਇਹ ਫੁੱਲ ਟੁੱਟਿਆ ਹੈ ਉੱਡਿਓ ਬਾਈਉ ਤੇ ਲਾਗ ਸੋ ਟੂਟਾ ਹਵਾ ਚੱਲਣ ਦੇ ਨਾਲ ਮਹਾਰਾਜ ਸਾਹਿਬ ਜੀ ਇਹਨਾਂ ਦਾ ਜੋ ਸੌ ਪੱਲਿਆਂ ਵਾਲਾ ਇਹ ਪਵਿੱਤਰ ਚੋਲਾ ਜਦੋਂ ਉਡ ਕੇ ਫੁੱਲ ਨੂੰ ਲਗਿਆ ਸੀ ਤਾਂ ਤਾਂ ਹੀ ਟੁੱਟ ਕੇ ਡਿੱਗਾ ਹੈ ਨਹੀਂ ਅਪਰਤੇ ਜਾਨਿਓ ਟੂਟਾ ਇਹ ਮਹਾਰਾ ਸੱਚੇ ਪਾਤਸ਼ਾਹ ਹੋਰ ਕਿਸੇ ਸੇਵਕ ਦੇ ਪਾਸੋਂ ਇਹ ਫੁੱਲ ਨਹੀਂ ਟੁੱਟਾ ਸੁਣ ਗੁਰੂ ਸ੍ਰੀ ਮੁਖਤੇ ਫਰਮਾਇਓ ਤੇ ਇਹ ਸੁਣ ਕੇ ਸੇਵਕ ਪਾਸੋਂ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਵਚਨ ਸੁਣਾਇਆ ਜਿਨਹੋ ਬਸਤਰ ਏਤੋ ਘਰ ਪਾਇਓ ਇਹ ਭਾਈ ਜਿਨ੍ਹਾਂ ਨੇ ਏਡਾ ਵੱਡਾ ਵਸਤਰ ਆਪਣੇ ਸਰੀਰ ਉੱਪਰ ਪਹਿਨਿਆ ਹੋਵੇ ਤੇ ਇੰਨਾ ਸੁੰਦਰ ਚੋਲਾ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ ਹੋਵੇ ਸੋ ਸੰਭਾਰ ਕੇ ਕਿਉਂ ਨਹਿ ਚੱਲ ਹੈ ਤੇ ਉਹ ਆਪਣੇ ਚੋਲੇ ਨੂੰ ਸੰਭਾਲ ਕੇ ਕਿਉਂ ਨਹੀਂ ਤੁਰਦੇ ਹਨ ਇਸ ਬਚਨ ਵਿੱਚ ਮਹਾਰਾਜ ਸਾਹਿਬ ਜੀ ਨੇ ਰਮਜੀ ਭਾਵ ਬਖਸ਼ਿਸ਼ ਕੀਤਾ ਕਿ ਭਾਈ ਜਿਵੇਂ ਵੀ ਕਿਸੇ ਨੇ ਸੰਸਾਰ ਦੇ ਵਿੱਚ ਵਿਚਰਣਾ ਹੈ ਉਹ ਆਪਣੀ ਵਡਿਆਈ ਦੇ ਸਹਿਤ ਵਿਚਰਦਾ ਹੈ ਆਪ ਸੰਭਲ ਕੇ ਆਪਣੇ ਆਪ ਨੂੰ ਸੰਭਾਲ ਕਰਕੇ ਸੰਸਾਰ ਦੇ ਵਿੱਚ ਵਿਚਰਣਾ ਕਰੇ ਜਿਸ ਕਰਕੇ ਕਿਸੇ ਨੂੰ ਵੀ ਠੇਸ ਨਾ ਪਹੁੰਚਾਈ ਜਾਵੇ ਇਤ ਉਤ ਬਾਈਉ ਤੇ ਜੋ ਹਲ ਹੈ ਤੇ ਜਿਹੜਾ ਇਧਰ ਉਧਰ ਹਵਾ ਦੇ ਨਾਲ ਹਿਲਦਾ ਏ ਏਡਾ ਵੱਡਾ ਜੇ ਚੂਲਾ ਪਹਿਨਿਆ ਹੋਇਆ ਹੈ ਤਾਂ ਉਸ ਨੂੰ ਸੰਭਲ ਕੇ ਕਿਉਂ ਨਹੀਂ ਰੱਖਿਆ ਜਾਂਦਾ ਤਬ ਤੇ ਸ੍ਰੀ ਹਰਿ ਰਾਏ ਸੋਮਾਨ ਤੇ ਐਸਾ ਵਚਨ ਜਿਹੜਾ ਸਤਿਗੁਰੂ ਹਰਗੋਬਿੰਦ ਸਾਹਿਬ ਦਾਦਾ ਸਤਿਗੁਰੂ ਜੀ ਨੇ ਜਦੋਂ ਕੀਤਾ ਹੈ ਸਾਹਿਬ ਗੁਰੂ ਹਰ ਰਾਜ ਸਾਹਿਬ ਜੀ ਨੇ ਜਦੋਂ ਇਹ ਬਚਨ ਸੁਣਿਆ ਤਾਂ ਉਸ ਵੇਲੇ ਤੋਂ ਇਹ ਬਚਨ ਹਿਰਦੇ ਵਿੱਚ ਵਸਾ ਲਿਆ ਜਾਮਾ ਪਹਿਰਤ ਹੁਤੇ ਮਹਾਨ ਤੇ ਜਦੋਂ ਵੀ ਮਹਾਰਾਜ ਸਾਹਿਬ ਜੀ ਜਾਮਾ ਚੋਲਾ ਤਾਂ ਉਸੇ ਤਰ੍ਹਾਂ ਦਾ ਹੀ ਸੌ ਪੱਲਿਆਂ ਵਾਲਾ ਹੀ ਪਹਿਨਿਆ ਕਰਦੇ ਹਾਥਨ ਸੋ ਸੰਕੋਚ ਚਲੰਤੇ ਤੇ ਗੁਰੂ ਦਾ ਬਚਨ ਆਪਣੇ ਹਿਰਦੇ ਵਿੱਚ ਚੇਤੇ ਰੱਖ ਕੇ ਜਦੋਂ ਤੁਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਚੋਲੇ ਨੂੰ ਆਪਣੇ ਕਰ ਕਮਲਾਂ ਦੇ ਨਾਲ ਸੰਕੋਚ ਕਰਕੇ ਫਿਰ ਹੀ ਤੁਰਿਆ ਕਰਦੇ ਬਾਕ ਪਿਤਾਮੇ ਕੋ ਬਰਤੰਤੇ ਤੇ ਆਪਣੇ ਪਿਤਾਮਾ ਦਾਦਾ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਹੀ ਚੱਲਦੇ ਹਨ ਜਬ ਲੋ ਦੇਹ ਧਰਿਓ ਜਗ ਮਾਹੇ ਤੇ ਜਦੋਂ ਤੱਕ ਆਪਣਾ ਸਰੀਰ ਧਾਰਨ ਕਰਕੇ ਰੱਖਿਆ ਜਗਤ ਵਿੱਚ ਚਲਤ ਬਸਤਰ ਕਰ ਛੋਰਿਓ ਨਾਹੀਂ ਤੇ ਚਲਦਿਆ ਹੋਇਆ ਆਪਣੇ ਬਸਤਰ ਨੂੰ ਚੋਲੇ ਨੂੰ ਆਪਣੇ ਕਰ ਕਮਲਾਂ ਤੋਂ ਨਾ ਛੱਡਿਆ ਕਰਦੇ ਇਸ ਪ੍ਰਕਾਰ ਨਿਤ ਰਹੇ ਅਨਸਾਰਾ ਜਦੋਂ ਕਿ ਤੇ ਬਾਗ ਗੀਤਿਆਂ ਦੇ ਵਿੱਚ ਵਿਚਰਦੇ ਤਾਂ ਵਿਸ਼ੇਸ਼ ਕਰਕੇ ਇਸ ਬਚਨ ਨੂੰ ਆਪਣੇ ਜੋ ਕਮਾਉਣਾ ਕਰਦੇ ਆਪ ਸ੍ਰੀ ਗੁਰੂ ਹਰਗੋਬਿੰਦ ਸ੍ਰੀ ਗੁਰੂ ਹਰਰਾਇ ਜੀ ਦਮਨ ਨੂੰ ਚਵਲੇ ਨੂੰ ਸੰਕੋਚ ਦਿਆ ਹੋਇਆ ਇਸ ਪ੍ਰਕਾਰ ਜਿਹੜਾ ਹੈ ਗੁਰਿਆਈ ਗੱਦੀ ਦਾ ਮਹਾਨ ਭਾਰੀ ਜਸ ਨਿਰਬਾਹਿਓ ਗੁਰਤਾ ਗੋਹ ਕਹੋ ਭਾਰਾ ਤੇ ਉਹ ਆਪ ਤਾਰਨ ਕਰਕੇ ਰੱਖਿਆ ਔਰ ਗੁਰਿਆਈ ਗੱਦੀ ਦੀ ਵਡਿਆਈ ਦਾ ਜੋ ਮਹਾਨ ਭਾਰ ਹੈ ਉਹ ਆਪ ਇਸੇ ਪ੍ਰਕਾਰ ਤਾਰਨ ਕਰਕੇ ਔਰ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਔਰ ਗੁਰੂ ਕੇ ਬਚਨ ਅਨੁਸਾਰ ਚੱਲਣ ਵਾਸਤੇ ਉਪਦੇਸ਼ ਦੇ ਕੇ ਪਰਮੇਸ਼ਰ ਦੀਆਂ ਪ੍ਰਾਪਤੀ ਕਰਵਾਈ ਸ੍ਰੀ ਹਰਿ ਕ੍ਰਿਸ਼ਨ ਟਕੇ ਪਸ ਚਾਤੀ ਤੇ ਇਸ ਤਰ੍ਹਾਂ ਜਿਹੜਾ ਮਸੰਦ ਸਿੱਖ ਹੈ ਬਾਬੇ ਧੀਰਮਲ ਵੱਲੋਂ ਉਹ ਵਡਿਆਈ ਤਾਂ ਆਪਣੇ ਬਾਬੇ ਧੀਰਮਲ ਦੀ ਆਪਣੀ ਵੱਲੋਂ ਕਰਕੇ ਦੱਸ ਰਿਹਾ ਹੈ ਤੇ ਪਹਿਲਾਂ ਗੁਰੂ ਮਹਾਰਾਜ ਸਾਹਿਬ ਜੀ ਦੀ ਵਡਿਆਈ ਉਹ ਸੁਣਾਉਂਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਇਹ ਸਬੰਧੀ ਨੇ ਬਾਬਾ ਧੀਰਮਲ ਜੀ ਇਵੇਂ ਮੱਖਣ ਸ਼ਾਹ ਨੂੰ ਇਹ ਦੱਸ ਰਿਹਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਵਿੱਚ ਤਿੰਨ ਕੀ ਭਈ ਲਖੋ ਸੋ ਬਾਤੀ ਤੇ ਉਹਨਾਂ ਦੀ ਜੋ ਜਿਵੇਂ ਜੋਤੀ ਜੋਤ ਸਮਾਉਣ ਦੀ ਜੋ ਕਥਾ ਜੋ ਹੋਈ ਹੈ ਉਸ ਤਾਂ ਤੁਸੀਂ ਸਮਝਦੇ ਹੋ ਸ੍ਰੀ ਗੁਰੂ ਹਰਗੋਬਿੰਦ ਤੇ ਪਾਛੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਵਿੱਚ ਪਹੁੰਚੀ ਗੁਰਤਾ ਇਨ ਘਰ ਆਛੇ ਤੇ ਭਲੇ ਤਰੀਕੇ ਨਾਲ ਇਵੇਂ ਜੋ ਮਸੰਦ ਆਪਣੀ ਵੱਲੋਂ ਹੁਣ ਕਹਿ ਰਿਹਾ ਹੈ ਕਿ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ ਨਾ ਇਹ ਇਹਨਾਂ ਦੇ ਘਰ ਪਹੁੰਚ ਗਈ ਪਹਿਲਾਂ ਤਾਂ ਵਡਿਆਈ ਉਸਨੇ ਗੁਰੂ ਸਾਹਿਬ ਜੀ ਦੀ ਸੁਣਾਈ ਹੈ ਸ੍ਰੀ ਗੁਰੂ ਹਰਰਾਜ ਸਾਹਿਬ ਜੀ ਦੀ ਵਡਿਆਈ ਕੀਤੀ ਹੈ ਫਿਰ ਆਖਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਉਹਨਾਂ ਨੇ ਬਚਨ ਕੀਤਾ ਬਾਬਾ ਬਸਹਿ ਗ੍ਰਾਮ ਬਕਾਲੇ ਕਿ ਬਕਾਲੇ ਨਗਰ ਵਿੱਚ ਵਸ ਰਹੇ ਨੇ ਤੇ ਇਸ ਲਈ ਹੁਣ ਇਹ ਮਸੰਦ ਝੂਠ ਅੱਗੋਂ ਆਖਦਾ ਏ ਕਿ ਜੋ ਧੀਰਮਲ ਜੀ ਹਨ ਇਹਨਾਂ ਦੇ ਘਰ ਗੁਰਿਆਈ ਪਹੁੰਚ ਗਈ ਹੈ RAM RAAY KO CHEK SODINA ਤੇ ਜੋ RAM RAAY ਜੀ ਹਨ ਉਹ ਵਿਡਿਆਈ ਤੋਂ ਸਖਣੇ ਰਹਿ ਗਏ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਚਨ ਜ਼ੁਬਾਨੀ ਬਦਲ ਦਿੱਤਾ ਸੀ ਮਿੱਟੀ ਮੁਸਲਮਾਨ ਕੀ ਦੇ ਥਾਂ ਤੇ ਸੋ ਦੋ ਅੱਖਰ ਮੁਸਲ ਦੇ ਥਾਂ ਤੇ ਬਈ ਕਹਿ ਕਰਕੇ ਇਵੇਂ ਔਰੰਗਜ਼ੇਬ ਦੀ ਸਭਾ ਦੇ ਵਿੱਚ ਬਦਲ ਦਿੱਤੇ ਸਨ ਇਸੇ ਕਰਕੇ ਇਹ ਗੁਰਬਾਣੀ ਦਾ ਸਤਕਾਰ ਨਾ ਰੱਖਣ ਕਰਕੇ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਉਸ ਆਪਣੇ ਪੁੱਤਰ RAM ਰਾਏ ਜੀ ਨੂੰ ਛੇਕਣਾ ਕੀਤਾ ਸੀ ਨਹੀਂ ਗੁਰਤਾ ਕੇ ਲਾਇਕ ਚੀਨਾ ਗੁਰਤਾ ਗੱਦੀ ਦੇ ਯੋਗ ਨਹੀਂ ਸੀ ਜਾਣਿਆ ਉਸ ਨੂੰ ਗੁਰ ਹਰ राय ਸਹਿਤ ਹਰਿ ਕ੍ਰਿਸ਼ਨ ਤੇ ਗੁਰੂ ਹਰ राय ਸਾਹਿਬ ਜੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਹੁੰਚਤ ਭੇ ਪਰਲੋਕ ਆਨੰਦ ਘਣ ਆਪ ਆਨੰਦ ਦੇ ਦਾਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੱਚਖੰਡ ਗਮਨ ਕਰਗੇ ਜੋਤੀ ਜੋਤ ਸਮਾ ਗਏ ਹਨ ਧੀਰਮਲ ਬਿਨ ਅਪਰਨ ਕੋਈ ਤੇ ਇਸ ਤਰ੍ਹਾਂ ਹੁਣ ਧੀਰਮਲ ਜੀ ਦਾ ਜਿਹੜਾ ਮਸੰਦ ਹੈ ਉਹ ਫਿਰ ਬਾਬਾ ਮੱਖਣ ਸ਼ਾਹ ਨੂੰ ਦੱਸਦਾ ਏ ਕੇ ਹੁਣ ਜੋ ਗੁਰਿਆਈ ਹੈ ਨਾ ਉਹ ਧੀਰਮਲ ਜੀ ਦੇ ਪਾਸ ਹੀ ਐ ਤੇ ਇਹਨਾਂ ਤੋਂ ਬਿਨਾ ਹੋਰ ਕੋਈ ਗੁਰੂ ਨਹੀਂ ਹੈ ਇੱਥੇ ਗੁਰਤਾ ਕੀ ਲਾਇਕ ਹੋਏ ਜੋਈ ਜਿਹੜਾ ਗੁਰਤਾ ਗੱਦੀ ਦੇ ਤਖਤ ਪ੍ਰਾਪਤ ਕਰਨ ਯੋਗ ਹੋਵੇ ਜਾਂ ਤੇ ਸੁਣੋ ਮੱਖਣ ਸ਼ਾਹ ਤੇ ਇਸ ਕਰਕੇ ਮੱਖਣ ਸ਼ਾਹ ਜੀ ਸੁਣਨਾ ਕਰੋ ਗੁਰੂ ਗ੍ਰੰਥ ਹੈ ਇਨਕੇ ਪਾਸ ਤੇ ਇਹਨਾਂ ਦੀ ਵਡਿਆਈ ਹੋਰ ਵੀ ਦੱਸਦਾ ਹਾਂ ਇਹਨਾਂ ਦੇ ਗੁਰੂ ਹੋਣ ਬਾਰੇ ਪ੍ਰਮਾਣ ਤੁਹਾਨੂੰ ਦਿੰਦਾ ਹਾਂ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਰੂਪ ਹੈ ਨਾ ਉਹ ਵੀ ਇਹਨਾਂ ਦੇ ਪਾਸ ਹੀ ਹੈ ਜੋਗ ਮਾਨਵੇ ਜਨ ਹੋ ਸੋਏ ਤੇ ਇਸ ਲਈ ਜਾਣ ਲੋ ਆਪਣੇ ਚਿੱਤ ਵਿੱਚ ਕਿ ਇਹੋ ਹੀ ਮਨੋਤ ਕਰਨ ਦੇ ਜੋਗ ਹਨ ਇਹਨਾਂ ਦੀ ਹੀ ਪੂਜਾ ਤੁਹਾਨੂੰ ਕਰਨੀ ਚਾਹੀਦੀ ਹੈ ਸਕਲ ਕਾਮਨਾ ਪੂਰਨ ਹੋਏ ਤੇ ਇਹਨਾਂ ਦੀ ਪੂਜਾ ਕਰੋਗੇ ਨਾ ਇਹਨਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰੋਗੇ ਤਾਂ ਸਭ ਕਾਮਨਾ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਸਰਬ ਪ੍ਰਕਾਰ ਸਭਨ ਤੇ ਜਾਨ ਤੇ ਜਾਣ ਲੋ ਕਿ ਸਭ ਤਰ੍ਹਾਂ ਕਰਕੇ ਇਹ ਵੱਡੇ ਹਨ ਧੀਰਮਲ ਹੈ ਗੁਰੂ ਮਹਾਨ ਤੇ ਸਭ ਨਾਲ ਨਾਲੋ ਜਾਣੋ ਕਿ ਧੀਰਮਲ ਹੀ ਵੱਡੇ ਗੁਰੂ ਹਨ ਪਿਤਾ ਪਿਤਾਮੇ ਗੁਰ ਜਿਸਕੇ ਦੇ ਤੇ ਇਸ ਤਰ੍ਹਾਂ ਇਹ ਮਸੰਦ ਧੀਰਮਲ ਜੀ ਵੱਲੋਂ ਸਿਖਾਇਆ ਹੋਇ ਪੜਾਇਆ ਹੋਇਆ ਅੱਗੇ ਮੱਖਣ ਸ਼ਾਹ ਜੀ ਨੂੰ ਦੱਸ ਰਿਹਾ ਕਹਿੰਦਾ ਹੈ ਕਿ ਧੀਰਮਲ ਜੀ ਗੁਰਤਾ ਹਨ ਵੇਖੋ ਉਹਨਾਂ ਦੇ ਤਾਂ ਜੋ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗੁਰੂ ਹੋਏ ਆ ਔਰ ਉਹਨਾਂ ਦੇ ਪਿਤਾ ਬਾਬਾ ਗੁਰਦਤਾ ਜੀ ਬਹੁਤ ਆਗਿਆਕਾਰੀ ਮਹਾਨ ਵਡਿਆਈ ਵਾਲੇ ਹੋਏ ਆ ਔਰ ਉਹਨਾਂ ਦੇ ਛੋਟੇ ਭਰਾਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋ ਸ੍ਰੀ ਗੁਰੂ ਹਰਰਾਇ ਜੀ ਸਾਹਿਬ ਗੁਰੂ ਸਰੂਪ ਹੋਏ ਆ ਔਰ ਜੋ ਉਹਨਾਂ ਦੇ ਭਤੀਜਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਗੁਰੂ ਹੋਏ ਆ ਇਸ ਕਰਕੇ ਉਹ ਹੀ ਗੁਰਤਾ ਗੱਦੀ ਦੀ ਵਡਿਆਈ ਦੇ ਲਾਇਕ ਸਮਝਣਾ ਕਰੋ ਪ੍ਰਾਤਾ ਭਤੀਜਾ ਗੁਰੂ ਬਡੇਰੇ ਤੇ ਜਿੰਨਾਂ ਦੇ ਛੋਟੇ ਪ੍ਰਾਤਾ ਗੁਰੂ ਹਰਰਾਇ ਜੀ ਸਾਹਿਬ ਵੱਡੇ ਗੁਰੂ ਹੋਏ ਔਰ ਭਤੀਜੇ ਦੇ ਰੂਪ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਿਆਈ ਦੇ ਮਾਲਕ ਹੋਏ ਤਿੰਨ ਸਭ ਹਿੰਨ ਤੇ ਇਹ ਪਛਾਤੀ ਤੇ ਇਸ ਲਈ ਜਾਣੋ ਕਿ ਉਹਨਾਂ ਤੋਂ ਬਾਅਦ ਵਿੱਚ ਇਹੋ ਹੀ ਗੁਰੂ ਹਨ ਜਿਨ੍ਹਾਂ ਦੇ ਕੋਲੋਂ ਧੀਰਮਲ ਜੀ ਦੇ ਪਾਸੋਂ ਮੈਂ ਆਇਆ ਹਾਂ ਭਇਓ ਗੁਰੂ ਜਗਮਹਿ ਬਖਿਆਤੀ ਜਗਤ ਵਿੱਚ ਜਾਣੋ ਕਿ ਇਹੋ ਹੀ ਪ੍ਰਗਟ ਹੋ ਰਹੇ ਹਨ ਗੁਰੂ ਰੂਪ ਵਿੱਚ ਇਸ ਪੀੜੀ ਤੇ ਪੂਰਬ ਜਈ ਤੇ ਇਹਨਾਂ ਦੀ ਪੀੜੀ ਤੋਂ ਜਿਹੜੇ ਪੂਰਬਲੇ ਵੱਡੇ ਜੋ ਇਹਨਾਂ ਦੇ ਵੱਡ ਬਡੇਰੇ ਹੋਏ ਹਨ ਗੁਰੂ ਸਰੂਪ ਤਨਹਿ ਨ ਪਹੁੰਚਤ ਗੁਰਤਾ ਕੇਈ ਤੇ ਇਸ ਕਰਕੇ ਜਾਣੋ ਕਿ ਇਹਨਾਂ ਦੇ ਕੋਲ ਗੁਰਦੇ ਗੁਰਿਆਈ ਮਿਲਨੀ ਸੀ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਆਈ ਗੁਰਤਾ ਗੱਦੀ ਔਰ ਉਹਨਾਂ ਦੇ ਪਿਤਾ ਪਾਸੋਂ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ ਆਈ ਹੈ ਤੇ ਫਿਰ ਉਹਨਾਂ ਦੇ ਨੇੜੇ ਹੀ ਤਾਂ ਰਹਿਣੀ ਸੀ ਨਾ ਹੋਰ ਉਹਨਾਂ ਦੇ ਵੱਡ-ਵਡੇਰੇ ਜੋ ਹਨ ਉਹਨਾਂ ਦੇ ਪਾਸ ਕਿਵੇਂ ਚਲੀ ਜਾਣੀ ਸੀ ਯਾਂ ਤੇ ਕਰ ਵਿਚਾਰ ੁਰਮਾਹੇ ਤੇ ਇਸ ਤਰ੍ਹਾਂ ਸਮਝਾਉਣ ਦਾ ਯਤਨ ਮਸੰਦ ਨੇ ਬਹੁਤ ਕੀਤਾ ਏ ਕਿ ਭਾਈ ਮੱਖਣ ਸ਼ਾ ਚਿੱਤ ਵਿੱਚ ਵਿਚਾਰ ਕਰ ਲੈ ਕਿ ਗੁਰੂ ਜਾਂ ਜੋ ਧੀਰਮਲ ਹੀ ਹੈ ਪੂਰਾ ਗੁਰ ਲਖ ਪੂਜਹੁ ਇਨਹੇ ਉਮਾਹੇ ਕਿ ਜਿੰਨਾ ਪਾਸੋਂ ਧੀਰਮਲ ਜੀ ਦੇ ਕੋਲ ਮੈਂ ਆਇਆ ਹਾਂ ਇਹਨਾਂ ਨੂੰ ਹੀ ਗੁਰੂ ਜਾਣ ਕੇ ਇਹਨਾਂ ਦੀ ਪੂਜਾ ਕਰੋ ਇਹਨਾਂ ਦੇ ਅੱਗੇ ਹੀ ਪੇਟਾਵਾਂ ਤੁਸੀਂ ਅਰਪਣ ਕਰਨੀਆਂ ਏ ਤਾਂ ਹੀ ਤੁਹਾਨੂੰ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਸ ਪ੍ਰਕਾਰ ਸਾਧ ਸੰਗਤ ਜੀ ਬਾਬੇ ਧੀਰਮਲ ਨੇ ਆਪਣੇ ਮਸੰਦ ਨੂੰ ਭੇਜ ਕੇ ਬਾਬੇ ਮੱਖਣ ਸ਼ਾਹ ਲੁਬਾਣੇ ਨੂੰ ਆਪਣੀ ਵੱਲ ਲਿਆਉਣ ਦਾ ਯਤਨ ਪੂਰਾ ਕੀਤਾ ਹੈ ਤਾਂ ਜਿਵੇਂ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਉਹਨਾਂ ਦੇ پاس ਜਾਣਗੇ ਉਹਨਾਂ ਦੀ ਪਰਖ ਕਰਨਗੇ ਹੋਰਨਾਂ ਦੀ ਵੀ ਪਰਖ ਜਿਵੇਂ ਜਿਵੇਂ ਕਰਨੀ ਹੈ ਕਿ ਦੋ ਦੋ ਮੋਹਰਾ ਸਾਬ ਦੇ ਅੱਗੇ ਅਰਪਣੀਆਂ ਨੇ ਤੇ ਇਹ ਭਾਵਨਾ ਚਿੱਤ ਵਿੱਚ ਕਰਨੀ ਕਿ ਜੇ ਪੂਰੇ ਆ ਤੇ ਇਹ ਦੱਸ ਦੇਣ ਕਿ ਕਿਵੇਂ ਤੇਰੀ ਰੱਖਿਆ ਕੀਤੀ ਸੀ ਤੇ ਜੋ ਕਿਵੇਂ ਤੇਰੀ ਸਹਾਇਤਾ ਕੀਤੀ ਸੀ ਤੇ ਕਿੰਨੀਆਂ ਤੂੰ ਭੇਟਾਵਾਂ ਜੋ ਅਰਪਣ ਕਰਨੀਆਂ ਚਾਹੁੰਦੀ ਆ ਚਾਹੁੰਦਾ ਸੀ ਤੇ ਕਿੰਨੀ ਭੇਟਾ ਸਾਡੇ ਪਾਸ ਤੂੰ ਮਨ ਵਿੱਚ ਵਿਚਾਰੀ ਸੀ ਕਿ ਇੰਨੀ ਭੇਟਾ ਅਰਪਣ ਕਰਨੀ ਹੈ ਤੇ ਜੇ ਤਾਂ ਇਸ ਤਰ੍ਹਾਂ ਦੱਸ ਦੇਣਗੇ ਪਤਾ ਹੋਵੇਗਾ ਕੋਈ ਇਹਨਾਂ ਨੂੰ ਤੇ ਫਿਰ ਤਾਂ ਪੂਰੇ ਗੁਰੂ ਮਨ ਲਵਾਂਗਾ ਤੇ ਜੇ ਉਹਨਾਂ ਨੂੰ ਕੋਈ ਪਤਾ ਹੀ ਨਾ ਲੱਗੇਗਾ ਤਾਂ ਫਿਰ ਮੈਂ ਉਥੋਂ ਉਹਨਾਂ ਨੂੰ ਜਾਣਾਂਗਾ ਕਿ ਐਵੇਂ ਹੀ ਬਨਾਵਟੀ ਗੁਰੂ ਹੀ ਬਣ ਕੇ ਬੈਠੇ ਹੋਇਆ ਇਸ ਪ੍ਰਕਾਰ ਜਿਵੇਂ ਜੋ ਇਹਨਾਂ ਨੇ ਪਰਖਣ ਦਾ ਯਤਨ ਕਰਨਾ ਔਰ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਪਹੁੰਚੜਾਏ ਇਹ ਪ੍ਰਸੰਗ ਅਕਲੇ ਦੀਵਾਨਾਂ ਵਿੱਚ ਸਰਵਣ ਕਰਨੇ ਉਲਾਂ ਚੁਕਾਂ ਦੀ ਖਿਮਾ ਅਗਾਹ ਵਾਸਤੇ ਗਰੀਬਨਵਾਸ ਸੱਚੇ ਪਾਤਸ਼ਾਹ ਔਰ ਸਾਧ ਸੰਗਤ ਖਿਮਾ ਤੇ ਸਮਤ ਬਖਸ਼ਣ ਹਾਰ ਹੋ ਅਗੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਸਮਤ ਬਖਸ਼ਿਸ਼ ਕਰਨ ਜੀ ਇਸ ਪੀੜੀ ਤੇ ਪੂਰਬ ਜਈ ਤਿਨਹਿ ਨ ਪਹੁੰਚਤ ਗੁਰਤਾ ਕੇਈ ਯਾਂ ਤੇ ਕਰ ਵਿਚਾਰ ਉਰ ਮਾਹੇ ਗੁਰ ਲਖ ਪੂਜੋ ਇਨਹੈ ਉਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ